ਬਾਟਰ ਹਾਰਵੈਸਟਿੰਗ ਛੱਪੜ ਪਿੰਡ ਹਰਕ੍ਰਿਸ਼ਨਪੁਰਾ ਦੀਆਂ ਤਸਵੀਰਾਂ ਤੁਸੀਂ ਸਿੱਧੀਆਂ ਦੇਖ ਰਹੇ ਹੋ ਜੋ ਨਵਾਂ ਬਣਾਇਆ ਹੈ ਨਵੇਂ ਬਣਨ ਤੋਂ 10 ਦਿਨ ਬਾਅਦ ਹੀ ਵੱਡੀ ਪੋਲ ਖੁੱਲੀ ਕਿ ਕਿੰਨਾ ਹਲਕਾ ਮਟੀਰੀਅਲ ਲੱਗਿਆ ਹੋਇਆ ਪੂਰੀਆਂ ਲੋਕ ਇੱਟਾਂ ਦਬ ਚੁੱਕੀਆਂ ਹਨ 10 ਦਿਨ ਤੋਂ ਬਾਅਦ ਕੱਲ ਉਹਨਾਂ ਨੇ ਪਾਣੀ ਛੱਡਿਆ ਕੇ ਪਾਣੀ ਛੱਟਣ ਤੋਂ ਬਾਅਦ ਉਹਦੀ ਛੱਪੜ ਵਹਿ ਗਿਆ ਇਹ ਇਹ ਤੇ 17 ਲੱਖ 48 ਹਜ਼ਾਰ ਲੱਖ ਰੁਪਇਆ ਕਹਿੰਦੇ ਨੇ ਤੇ ਲੱਗਾ ਦੇਖ ਲਓ ਕੀ ਲੱਗਿਆ ਤੇ 4 ਲੱਖ ਦੀ ਬੇੜਾ ਕਰਪ ਹੋ ਗਿਆ ਇਹਦਾ ਹਾਂ ਚਲੋ ਨੀ ਕਿ 18 ਲੱਖ ਚੋਂ 4 ਲਾਇਆ 14 ਖਾ ਗੇ 14 ਖਾ ਗਈ ਵੀਡੀਓ ਵਾਇਰਲ ਹੋਈ ਕਿ ਐਵੇਂ ਹੋ ਗਿਆ ਜੀ ਪਿੰਡ ਹਰਿਕ੍ਰਿਸ਼ਨਪੁਰੇ ਹੁਣ ਤੁਸੀਂ ਅੱਜ ਦੱਸ ਰਹੇ ਹੋ ਕਿ ਅੱਜ ਕਰਿਆ ਇਹ ਸਾਰਾ ਪਟੋ ਪਟਾਈ ਅੱਜ ਲੱਗੇ ਨੇ ਜੀ ਬਸ ਆ ਕੇ ਜਦੋਂ ਕਾਨੂੰਨ ਖੁੱਲੀ ਕਾਰਵਾਈ ਹੋਈ ਆ ਉਦੋਂ ਤੋਂ ਲੱਗੇ ਨੇ ਬਸ ਨਹੀਂ ਇਹਨਾਂ ਨੇ ਕੁਛ ਨਹੀਂ ਕਰਿਆ ਸਾਡੇ ਪਾਣੀ ਦੇ ਨਾਲ ਦੀ ਨਵੀਂ ਟੈਕਨੋਲੋਜੀ ਹੈ ਜਿਹੜੀ ਥੱਲੋਂ ਦੀ ਪਤਾ ਨਹੀਂ ਕਿਹੜਾ ਕੀ ਸਿਸਟਮ ਹੈ ਇਹਨਾਂ ਨੇ ਕਿਹੜੇ ਦੱਬੇ ਹੋਏ ਨੇ ਵੀ ਥੱਲੋਂ ਦੀ ਇਹਦੇ ਰਾਹੀਂ ਪਾਣੀ ਉਧਰ ਆਪਣੇ ਆਪ ਪਹੁੰਚ ਗਿਆ ਇਹਨਾਂ ਨੇ ਹੁਣ ਢੇਡ ਲਿਆ ਵੀ ਚਲੋ ਇਹ ਮੁੱਦਾ ਉੱਠ ਗਿਆ ਤਾਂ ਇਸ ਮੁੱਦੇ ਤੋਂ ਬਾਅਦ ਇਹਨਾਂ ਨੂੰ ਪੱਟ ਲੋ ਦੁਬਾਰਾ ਇਹਨੂੰ ਇਹ ਅੱਧਾ ਢੇਡ ਲਿਆ ਤੇ ਢੇਡ ਕੇ ਦੁਬਾਰਾ ਤੇੜਾ ਨੇ ਸਿਮਿੰਟ ਲਾ ਦੇਣਗੇ ਦੁਬਾਰਾ ਬਣਾ ਤਾਂ ਕੰਮ ਖਤਮ ਹੋ ਗਿਆ ਆਮ ਆਦਮੀ ਪਾਰਟੀ ਨੇ ਜੀ ਬਿਜਲੀ ਅੰਦੋਲਨ ਚਲਾਇਆ ਮੈਂ ਕਹਿੰਦੀ ਸਾਨੂੰ ਨਾਲ ਨਾਲ ਛੱਪੜ ਅੰਦੋਲਨ ਚਲਾਉਣਾ ਪਊਗਾ ਮੈਂ ਠੇਕੇਦਾਰਾਂ ਨੂੰ ਨਹੀਂ ਮਾੜਾ ਕਹੂੰਗੀ। ਕੱਲੇ ਉਹ ਉਹਨਾਂ ਦਾ ਕੋਈ ਕਸੂਰ ਨਹੀਂ ਹੈਗਾ ਕਿਉਂਕਿ ਉਹਨਾਂ ਨੂੰ ਟੈਂਡਰ ਲੈਣ ਦੇ ਲਈ ਪਹਿਲਾਂ ਚੜਾਵਾ ਚੜਾਉਣਾ ਪੈਂਦਾ। ਤਾਂ ਟੈਂਡਰ ਦੇ ਲਈ ਚੜਾਵਾ ਚੜਾਉਂਦੇ ਨੇ ਫਿਰ ਉਸ ਤੋਂ ਬਾਅਦ ਜਿਹੜੇ ਥੱਲੇ ਬੈਠੀਏ ਲਾਈਨ ਲੱਗੀ ਹੋਈ ਉਹਨਾਂ ਨੂੰ ਚੜਾਵਾ ਦੇਣਾ ਪੈਂਦਾ। ਤਾਂ ਉਹ ਉਹਨਾਂ ਨੇ ਇਹੀ ਕੁਝ ਕਰਨਾ ਹੈ। ਠੀਕ ਹੈ ਉਹਨਾਂ ਨੇ ਇਹੀ ਕੁਝ ਕਰਨਾ ਜੋ ਅੱਜ ਹਰਕਿਸ਼ਨਪੁਰੇ ਦੇ ਵਿੱਚ ਹੋਇਆ। ਪਿੰਡਾਂ ਦੇ ਪੰਚਾਇਤਾਂ ਦੇ ਨੁਮਾਇੰਦੇ ਨੇ ਲੋਕ ਚੁਣਦੇ ਨੇ ਵੋਟਾਂ ਪੈਂਦੀਆਂ ਨੇ ਲੜਾਈਆਂ ਹੁੰਦੀਆਂ ਨੇ ਫੋਨ ਖਰਾਬੇ ਹੁੰਦੇ ਨੇ ਥਾਣੇ ਦੇ ਵਿੱਚ ਜਾਂਦੇ ਨੇ ਤਾਂ ਉਹ ਸਿਰਫ ਅੰਗੂਠਾ ਜਾਂ ਦਸਤਖਤ ਲਾਉਣ ਦੇ ਲਈ ਨੇ ਕਿ ਉਹ ਪਿੰਡ ਦਾ ਕੰਮ ਉਹ ਉਹ ਐਗਰੀਮੈਂਟ ਉਹ ਕਰ ਸਕਦੇ ਨੇ ਉਹ ਕਿਸੇ ਠੇਕੇਦਾਰ ਤੋਂ ਕੰਮ ਉਹ ਵੀ ਤਾਂ ਠੇਕੇਦਾਰ ਤੋਂ ਹੀ ਕਰਾਉਣਗੇ ਤਾਂ ਪਿੰਡ ਦੀ ਪੰਚਾਇਤ ਫਟੋ ਘਟ ਉਸ ਬੰਦੇ ਨੂੰ ਇਹ ਤਾਂ ਪਤਾ ਵੀ ਮੈਂ ਪਿੰਡ 'ਚ ਰਹਿਣਾ ਚਲੋ ਜੇ ਇੱਕ ਵਾਰ ਉਹਨੂੰ ਇਹ ਹੋਊਗਾ ਵੀ ਮੈਂ ਗਾਹ ਨੂੰ ਇਲੈਕਸ਼ਨ ਨਹੀਂ ਲੜਨੀ ਤਾਂ 5 ਸਾਲ ਤਾਂ ਉਹਨੇ ਕੱਢਣੇ ਨੇ ਉਸ ਤੋਂ ਬਾਅਦ ਤਾਂ ਲੋਕਾਂ 'ਚ ਹੀ ਰਹਿਣਾ ਤਾਂ ਇਹ ਲੋਕਤੰਤਰ ਦਾ ਜਿਹੜਾ ਕਾਣ ਹੋ ਰਿਹਾ ਜਿਹੜੀ ਪੈਸੇ ਨੂੰ ਖਾਣ ਦਾ ਜਿਹੜਾ ਤਰੀਕਾ ਇਹਨਾਂ ਨੇ ਲੱਭਿਆ ਉਹ ਮੈਨੂੰ ਲੱਗਦਾ ਵੀ ਨਹੀਂ ਕਿਸੇ ਨੇ ਲੱਭਿਆ ਹੋਣਾ ਜਿਹੜਾ ਇਹ ਤਰੀਕਾ ਅੱਜ ਕਾਂਗਰਸ ਦੀ ਸਰਕਾਰ ਜਿਹੜੀ ਇਸ ਤਰੀਕੇ ਨਾਲ ਚੱਲ ਰਹੀ ਹੈ ਤੁਸੀਂ ਦੇਖ ਰਹੇ ਹੋ ਪੰਜਾਬੀ ਲੋਕ ਚੈਨਲ ਮੈਂ ਅਮਨਦੀਪ ਸਿੰਘ ਮਾਝਾ ਪੰਜਾਬ ਸਰਕਾਰ ਵੱਡੇ ਐਲਾਨ ਕਰ ਰਹੀ ਆ ਵੱਡੇ ਕੰਮ ਕਰ ਰਹੀ ਆ ਅਸੀਂ ਜ਼ਿਲ੍ਹਾ ਸੰਗਰੂਰ ਦੇ ਬਲਾਕ ਭਵਾਨੀਗੜ੍ਹ ਦੇ ਪਿੰਡ ਹਰਕ੍ਰਿਸ਼ਨਪੁਰਾ ਵਿਖੇ ਮੌਜੂਦ ਆ ਜਿੱਥੇ ਤੁਹਾਨੂੰ ਦੱਸਦੀ ਆ ਕਿ ਵੱਡੀਆਂ ਗਰਾਂਟੀਆਂ ਨਾਲ ਵੱਡੇ ਕੰਮ ਹੋ ਰਹੇ ਨੇ ਪੰਜਾਬ ਸਰਕਾਰ ਕਹਿ ਰਹੀ ਆ ਕਿ ਪਿੰਡਾਂ ਦੀ ਨੁਹਾਰ ਬਦਲ ਦਾਂਗੇ ਪਿੰਡਾਂ ਨੂੰ ਸ਼ਹਿਰਾਂ ਦੇ ਬਰਾਬਰ ਕਰ ਦਾਂਗੇ ਵੱਡੇ ਵੱਡੇ ਠੇਕੇ ਦਿੱਤੇ ਜਾ ਰਹੇ ਨੇ ਵੱਡੇ ਵੱਡੇ ਕੰਮਾਂ ਦੇ ਸੋਚ ਤੁਹਾਨੂੰ ਤਸਵੀਰਾਂ ਦਿਖਾਉਨੇ ਆ ਪਿੰਡ ਹਰਕ੍ਰਿਸ਼ਨਪੁਰਾ ਦੀਆਂ ਜਿੱਥੇ ਇੱਕ ਛੱਪੜ ਦੀਆਂ ਤਸਵੀਰਾਂ ਤੁਹਾਨੂੰ ਦਿਖਾਵਾਂਗੇ ਮਹਾਤਮਾ ਗਾਂਧੀ ਤਸਵੀਰਾਂ ਤੁਹਾਨੂੰ ਦਿਖਾਉਂਦੇ ਆ ਕਿ ਇੱਕ ਜੋ ਵੀ ਆ ਸਲੋਗਨ ਬਣਾਇਆ ਹੋਇਆ ਇੱਥੇ ਲਿਖਿਆ ਹੋਇਆ ਕਿ ਮਹਾਤਮਾ ਗਾਂਧੀ ਨੈਸ਼ਨਲ ਰੂਲਰ ਇੰਪਲਾਈਮੈਂਟ ਗਰੰਟੀ ਐਕਟ 2005 ਕੰਮ ਦਾ ਨਾਮ ਪਿੰਡ ਹਰਕ੍ਰਿਸ਼ਨਪੁਰਾ ਵਿਖੇ ਰੇਨ ਵਾਟਰ ਹਾਰਵੈਸਟਿੰਗ ਲਈ ਛੱਪੜ ਦੀ ਕੰਮ ਕੰਮ ਦੀ ਜੋ ਵੀ ਆ ਉਹਨਾਂ ਨੇ ਸਾਰੀ ਇੱਥੇ ਐਸਟੀਮੇਟ ਬਣਾਏ ਹੋਏ ਨੇ ਲਿਖਿਆ ਹੋਇਆ ਕਿ 17 ਲੱਖ 48 ਹਜ਼ਾਰ ਰੁਪਏ ਚ ਇਹ ਛੱਪੜ ਦਾ ਕੰਮ ਹੋਇਆ ਉਹ ਛੱਪੜ ਵਾਸਤੇ ਤੁਹਾਨੂੰ ਅੱਜ ਜਾਣਕਾਰੀ ਦਵਾਂਗੇ ਕਿ ਛੱਪੜ ਚ ਕੀ ਹੋਇਆ ਤੁਹਾਨੂੰ ਜਾਣਕਾਰੀ ਦੇ ਦਈਏ ਕਿ ਛੱਪੜ ਬਣਾਇਆ ਛੱਪੜ ਬਣਾਉਣ ਤੋਂ ਬਾਅਦ ਕਿਉਂਕਿ ਸਾਫ ਸਫਾਈ ਦਾ ਕੰਮ ਜਿਵੇਂ ਸਿਸਟਮ ਚੱਲਦੇ ਨੇ ਪੰਜਾਬ ਸਰਕਾਰ ਕਹਿੰਦੀ ਹੈ ਕਿ ਜੋ ਵੀ ਪਾਣੀ ਗੰਦੇ ਹੁੰਦੇ ਨੇ ਪਾਣੀ ਨੂੰ ਗੰਦਾ ਨਹੀਂ ਹੋਣ ਦਵਾਂਗੇ ਉਸ ਤੋਂ ਪਹਿਲਾਂ 2-3 ਵੱਡੇ ਪ੍ਰੋਜੈਕਟ ਲਾਏ ਨੇ 2-3 ਵੱਡੇ ਪ੍ਰੋਜੈਕਟ ਲਾ ਕੇ ਉਹਨਾਂ ਦੇ ਵਿੱਚ ਸਭ ਤੋਂ ਪਹਿਲਾਂ ਕਿ ਪਾਣੀ ਦੀ ਸਫਾਈ ਹੋਵੇਗੀ ਉਸ ਤੋਂ ਬਾਅਦ ਅਗਲੇ ਛੱਪੜ ਜਾਇਆ ਉਦਘਾਟਨ ਹੋਣਾ ਸੀ ਸਾਡੇ ਨਾਲ ਪਿੰਡ ਵਾਸੀ ਮੌਜੂਦ ਨੇ ਸਾਬਕਾ ਸਰਪੰਚ ਹਰਜੀਤ ਸਿੰਘ ਮੌਜੂਦ ਨੇ ਕਰਾਂਗੇ ਗੱਲਬਾਤ ਹਰਜੀਤ ਸਿੰਘ ਜੀ ਆਪਣਾ ਕਦੋਂ ਬਣਿਆ ਕਿੰਨਾ ਟਾਈਮ ਹੋ ਗਿਆ ਇਹਨੂੰ ਪੂਰਾ ਕੰਪਲੀਟ ਹੋਏ ਨੂੰ ਕੰਪਲੀਟ ਹੋਏ ਨੂੰ ਸਿਰਫ ਇਹ 10 ਦਿਨ ਹੋਏ ਨੇ ਜੀ 10 ਦਿਨ ਤੋਂ ਬਾਅਦ ਕੱਲ ਉਹਨਾਂ ਨੇ ਪਾਣੀ ਛੱਡਿਆ ਕੇ ਪਾਣੀ ਛੱਡਣ ਤੋਂ ਬਾਅਦ ਉਹਦੀ ਛੱਪੜ ਬਹਿ ਗਿਆ ਠੀਕ ਹੈ ਤੇ ਇਹ ਤੇ 17 ਲੱਖ 48 ਹਜ਼ਾਰ ਲੱਖ ਰੁਪਇਆ ਕਹਿੰਦੇ ਨੇ ਤੇ ਲੱਗਾ ਦੇਖ ਲਓ ਕੀ ਲੱਗਾ ਤੇ ਅਜੇ ਸਾਨੂੰ ਖਤਰਾ ਜਿਹੜਾ ਵੱਡਾਗਾ ਇਹ ਵੀ ਸਾਰਾ ਬੈਠੂਗਾ ਕਿਉਂ ਇਹਨਾਂ ਦੀ ਕੋਈ ਲੜਤੜਾਈ ਨਹੀਂ ਹੋਈ ਥੱਲੇ ਡਲੇ ਨੇ ਵੱਡੇ ਵੱਡੇ ਪਾਏ ਹੋਏ ਇਹਨੂੰ ਕੁਝ ਨਹੀਂ ਕੀਤਾ ਇਹਨਾਂ ਨੇ ਕੋਸ ਲਾਇਆ ਨਹੀਂ ਤੇ ਆ ਦੇਖ ਲਓ ਕਿ ਕਿੰਨੇ ਕੁ ਦਾ ਹੈ ਪੈਸੇ ਪੈਸੇ ਗੱਲ ਸਾਹਮਣੇ ਆ ਰਹੀ ਜੀ ਕਿ ਬਾਰਿਸ਼ ਹੋਈ ਆ ਬਾਰਿਸ਼ ਨਾਲ ਹੋ ਗਿਆ ਬਾਰਿਸ਼ ਬਾਰਿਸ਼ ਬਿਲਕੁਲ ਨਹੀਂ ਹੋਈ ਜੀ ਕੋਈ ਕਣੀ ਦਿਖਾਓ ਕਿੱਥੇ ਆ ਗਈ ਜੀ ਜੇ ਕਿਣਵਣ ਕਣੀ ਹੋਈ ਆ ਉਹਦਾ ਕੀ ਪਤਾ ਨਹੀਂ ਬਾਰਿਸ਼ ਤਾਂ ਨਹੀਂ ਹੋਈ ਉਹ ਪਾਣੀ ਛੱਡਿਆ ਸਾਈਡ ਤੋਂ ਪਾਣੀ ਛੱਡਿਆ ਬਸ ਸ਼ਾਮ ਨਹੀਂ ਬੈਠਿਆ ਇਹ ਜੋ ਪਾਣੀ ਗਿਆ ਤਾਂ ਤੇ ਪਾਣੀ ਪਹਿਲਾਂ ਉਹਦੇ ਚ ਨਹੀਂ ਗਿਆ ਸਿੱਧਾ ਡਾਇਰੈਕਟ ਹੀ ਸਿਰੇ ਪਹੁੰਚ ਗਿਆ ਸਿਰੇ ਵਾਲੇ ਚ ਪਹਿਲਾਂ ਉਹਦੇ ਵਿੱਚੋਂ ਤੁਸੀਂ ਵੀ ਸਾਬਕਾ ਸਰਪੰਚੋਂ ਪਹਿਲਾਂ ਵੀ ਕੰਮ ਹੁੰਦੇ ਸੀ ਹੁਣ ਵੀ ਹੁੰਦੇ ਨੇ ਸਰਕਾਰਾਂ ਕਰ ਰਹੀਆਂ ਨੇ ਵੱਡੇ ਦਾਅਵੇ ਕਰ ਰਹੀਆਂ ਨੇ ਕਿ ਇਹ ਲੱਗਦਾ ਤੁਹਾਨੂੰ ਵੀ ਕੰਮ ਠੇਕੇਦਾਰ ਨੇ ਪੈਸੇ ਨਹੀਂ ਲਾਇਏ ਪਹਿਲਾਂ ਸਰਪੰਚੀ ਦੇ ਥਰੂ ਹੁੰਦਾ ਸੀ ਕੰਮ ਸਰਪੰਚ ਚਾਹੁੰਦਾ ਸੀ ਕੋਲੇ ਖੜ ਕੇ ਕਰਾਉਂਦਾ ਕਰੋੜਾ 70 80% ਤਾਂ ਲਾਉਂਦੇ ਸੀ ਹੁਣ ਇਹ ਸਾਰਾ ਵਿਭਾਗ ਨੇ ਸਰਕਾਰ ਨੇ ਆਪਦੇ ਥਰੂ ਆਪਦੇ ਠੇਕੇਦਾਰਾਂ ਤੋਂ ਆਪਦੇ ਬੰਦਿਆਂ ਤੋਂ ਕਰਵਾ ਲਿਆ ਸਰਪੰਚ ਦੀ ਤਾਂ ਵਿਚਾਰੇ ਦੀ ਉਹੀ ਖਾਂ ਖਾਂ ਵਿੱਚ ਦੀ ਗੱਲ ਉਹ ਹੋਈ ਜਾਂਦੀ ਆ ਖਾਂ ਨੂੰ ਨਹੀਂ ਖੱਟਣ ਨੂੰ ਨੇ ਇਹ ਇਹਨਾਂ ਨੂੰ ਸਰਪੰਚੀ ਆਪਦੇ ਬੰਦੇ ਬਣਾਉਣੇ ਚਾਹੀਦੇ ਨੇ ਇਲੈਕਸ਼ਨ ਕਰਾਉਣੀ ਹੋਣੀ ਚਾਹੀਦੀ ਪਿੰਡ ਚ ਸਰਪੰਚ ਸਾਹਿਬ ਜਾਨੀ ਕਿ ਠੇਕਾ ਹੋਇਆ ਉੱਪਰਲੇ ਲੈਵਲ ਤੇ ਹੋਇਆ ਠੇਕਾ ਇਹ ਠੇਕਾ ਉੱਪਰਲੇ ਲੈਵਲ ਤੇ ਪਤਾ ਹੀ ਨਹੀਂ ਕਿੱਧਰੋਂ ਆਏ ਨੇ ਕੌਣ ਆਏ ਨੇ ਆਪਾਂ ਦੇਖ ਰਹੇ ਸੀ ਕਿ 17 ਲੱਖ 48 ਹਜ਼ਾਰ ਦਾ ਇੱਥੇ ਲਿਖਿਆ ਹੋਇਆ ਵੀ ਐਸਟੀਮੇਟ ਆ ਪਰ ਲੱਗੇ ਕਿੰਨੇ ਲੱਗੇ 3.5 ਲੱਖ ਰੁਪਏ ਲੱਗਿਆ ਹੋਊ ਸਾਰਾ ਤੇ ਸਾਬਕਾ ਸਰਪੰਚ ਸਾਹਿਬ ਗੱਲ ਕਰ ਰਹੇ ਨੇ ਕਿ ਕਿਵੇਂ ਦੇ ਸਿਸਟਮ ਚੱਲਦੇ ਨੇ 17,48,000 ਰੁਪਏ ਇੱਥੇ ਲਿਖਿਆ ਹੋਇਆ ਕਿ ਇਹ ਤੇ ਜੋ ਵੀ ਪੰਜਾਬ ਸਰਕਾਰ ਤੋਂ ਮਨਜ਼ੂਰ ਹੋਇਆ ਤੇ ਇੰਨੇ ਪੈਸੇ ਲੱਗੇ ਨੇ ਪਰ ਪਿੰਡ ਵਾਸੀਆਂ ਦੇ ਤੇ ਸਰਪੰਚ ਸਾਹਿਬ ਦਾ ਕਹਿਣਾ ਕਿ ਇਹ ਤੇ ਤਾਂ 3 ਤੋਂ 4 ਲੱਖ ਰੁਪਈਆ ਲੱਗਿਆ ਉਹ ਵੀ ਘਟੀਆ ਮਟੀਰੀਅਲ ਪਾਇਆ ਤੇ ਉਹਦਾ ਖੁਲਾਸਾ ਹੋ ਗਿਆ ਵੱਡੇ ਲੈਵਲ ਤੇ ਖੁਲਾਸਾ ਹੋਇਆ ਠੇਕੇਦਾਰ ਨੇ ਵੱਡੇ ਲੈਵਲ ਤੇ ਇਹਦੇ ਵਿੱਚ ਕਰਪਸ਼ਨ ਕੀਤੀ ਪੈਸੇ ਖਾਦੇ ਸਿਸਟਮਾਂ ਨੂੰ ਫੇਲ ਨੇ ਸਰਕਾਰਾਂ ਦੇ ਕਹਿ ਦਿੰਦੇ ਆ ਕਿ ਵੱਡੇ ਲੈਵਲ ਦੇ ਕੰਮ ਕਰਦੀਆਂ ਨੇ ਪਰ ਸਾਡੇ ਨਾਲ ਪਿੰਡ ਵਾਸੀ ਮੌਜੂ ਨੇ ਬਾਈ ਜੀ ਕੀ ਨਾਮ ਆਪਣਾ ਗੋਪਿੰਦਰ ਸਿੰਘ ਹੈ ਜੀ ਗੋਪਿੰਦਰ ਸਿੰਘ ਜੀ ਕਿਵੇਂ ਲੱਗਦਾ ਤੁਹਾਨੂੰ ਕਦੋਂ ਬਣਿਆ ਇਹ ਕਿਵੇਂ ਢਾਈ ਢੇਰੀ ਹੋ ਗਿਆ ਇਹ ਸਾਰਾ 10 ਦਿਨ ਹੀ ਹੋਇਆ ਪੁੱਤ 10 ਦਿਨਾਂ ਦੇ ਖਤਮ ਹੋ ਗਿਆ ਇਹ ਠੀਕ ਹੈ ਹਾਂ ਅੱਛਾ ਕਿੰਨੇ ਸਮੇਂ ਚ ਬਣ ਗਿਆ ਸੀ ਜਦੋਂ ਬਣਾਇਆ ਇੱਥੇ ਕਿੰਨੇ ਦਿਨਾਂ ਚ ਬਣਾਇਆ ਇਹ 10 ਦਿਨਾਂ ਜੇ ਬਣਾਤਾ ਉਹਨਾਂ ਨੇ ਹਾਂ ਜੀ ਵੈਸੇ 18 ਲੱਖ ਦਾ ਐਸਟੀਮੇਟ ਆ तकरीबन 17 48 ਹਜ਼ਾਰ ਦਾ ਕੀ ਲੱਗਦਾ ਤੁਹਾਨੂੰ ਹੁਣ ਆਪਾਂ ਇੱਕ ਘਰ ਪਾਉਣੇ ਆ ਜੇ ਆਪਾਂ 10 ਲੱਖ ਰੁਪਈਆ ਆਪਣੇ ਘਰ ਤੇ ਲਾ ਦਈਏ ਤਾਂ ਘੱਟੋ ਘੱਟ ਮੈਨੂੰ ਇਹ ਲੱਗਦਾ 40 ਸਾਲ ਆਪਣੇ ਘਰ ਨੂੰ ਕੁਛ ਨਹੀਂ ਹੁੰਦਾ ਨਹੀਂ ਆਂਦਾ ਨਹੀਂ ਆਂਦਾ ਜੀ ਇਹਦਾ 40 ਲੱਖ ਤੁਸੀਂ ਤਾਂ ਕਿ 17 ਲੱਖ ਜੀ ਜ਼ਿਆਦਾ 4 ਲੱਖ ਰੁਪਈਆ ਲੱਗਿਆ ਹੋਇਆ ਠੀਕ ਆ ਜੀ ਮੈਂ 4 ਲੱਖ ਜੀ ਬੇੜਾ ਕਰਕ ਹੋ ਗਿਆ ਇਹਦਾ ਠੀਕ ਹੈ ਹਾਂ ਜੀ ਯਾਨੀ ਕਿ 18 ਲੱਖ ਚੋਂ 4 ਲਾਇਆ 14 ਖਾ ਗਏ 14 ਖਾ ਗਏ ਠੀਕ ਹੈ 14 ਖਾ ਗਏ ਜਨਨ ਕਿ ਪੰਜਾਬ ਸਰਕਾਰ ਦੀ ਅਸਲੀਅਤ ਇਹ ਆ ਜੇ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਸੋਚਦੇ ਹੋਣ ਕਿ ਜਿੰਨਾ ਪੈਸਾ ਅਸੀਂ ਦੇਤਾ ਉੰਨਾ ਹੀ ਲੱਗੇ ਉਹਨਾਂ ਨਹੀਂ ਲੱਗਦਾ ਨਹੀਂ ਲੱਗਦਾ ਜੀ ਨਹੀਂ ਲੱਗਦਾ ਜੀ ਠੀਕ ਹੈ ਹਾਂ ਜੀ ਜਨਨ ਕਿ ਸਰਕਾਰਾਂ ਨੂੰ ਗੌਰ ਕਰਨੀ ਚਾਹੀਦੀ ਆ ਕਰਨੀ ਚਾਹੀਦੀ ਆ ਜੀ ਗੌਰ ਕਰਨੀ ਚਾਹੀਦੀ ਆ ਜਾਂ ਕਿ ਦੇ ਮੌਜੂਦਾ ਬੰਦੇ ਨੂੰ ਪਿੰਡ ਚੋਂ ਦੇਣਾ ਚਾਹੀਦਾ ਇਹ ਕੰਮ ਸਰਪੰਚ ਨੂੰ ਦੇਣਾ ਚਾਹੀਦਾ ਉਹ ਕਰਾਵੇ ਕੋਲੇ ਖੜ ਕੇ ਤੁਹਾਨੂੰ ਪਤਾ ਆਪੇ ਡਾਂਗ ਨਾਲ ਕਰਾਵੇ ਹਾਂ ਜੀ ਕਿਤੇ ਹੁਣ ਆਪਾਂ ਇਹਦਾ ਗਿੱਦੜ ਗੋਮਾ ਕਰਕੇ ਉਹ ਪੈਸੇ ਖਾ ਕੇ ਠੇਕੇਦਾਰ ਬਹਿ ਗਿਆ ਹਾਂ ਜੀ ਨਾ ਦਵਿੰਦਰ ਜੀ ਕਿਵੇਂ ਲੱਗਦਾ ਜਦੋਂ ਹੋਇਆ ਕੰਮ ਉਦੋਂ ਬਾਅਦ ਚ ਥੋੜਾ ਜਿਹਾ ਖੁਲਾਸਾ ਹੋਇਆ ਵੀਡੀਓ ਵਾਇਰਲ ਹੋਈ ਕਿ ਐਵੇਂ ਹੋ ਗਿਆ ਜੀ ਪਿੰਡ ਹਰਕ੍ਰਿਸ਼ਨਪੁਰੇ ਹੁਣ ਤੁਸੀਂ ਅੱਜ ਦੱਸ ਰਹੇ ਹੋ ਕਿ ਅੱਜ ਕਰਿਆ ਇਹ ਸਾਰਾ ਪੱਟ ਪਟਾਈ ਅੱਜ ਲੱਗੇ ਨੇ ਜੀ ਬਸ ਆ ਕੇ ਜਦੋਂ ਕਾਨੂੰਨ ਖੁੱਡੀ ਕਾਰਵਾਈ ਹੋਈ ਆ ਉਦੋਂ ਤੋਂ ਲੱਗੇ ਨੇ ਬਸ ਨਹੀਂ ਇਹਨਾਂ ਨੇ ਕੁਝ ਨਹੀਂ ਕਰਿਆ ਸਾਡੇ ਲੋਕ ਹਾਂ ਜੀ ਅੱਛਾ ਉਸ ਤੋਂ ਬਾਅਦ ਪੱਟ ਪਟਾਈ ਕਰਕੇ ਅੱਜ ਇਹਨਾਂ ਨੇ ਸਾਰਾ ਸਿਸਟਮ ਇਹ ਕਰਿਆ ਕਰਿਆ ਜੀ ਬਸ ਅੱਜ ਸਿਰਫ ਅੱਜ ਆਏ ਨੇ ਜੀ ਇਹ 3 ਵਜੇ ਲੱਗੇ ਨੇ ਉਹ ਇਟਾਂੀਆਂ ਪੱਟੀਆਂ ਨੇ ਬਸ ਉਦੋਂ ਬਾਅਦ ਚ ਭਾਗੀ ਨਾ ਤੁਹਾਨੂੰ ਕੀ ਲੱਗਦਾ ਸਰਕਾਰਾਂ ਚ ਕਿੰਨੀ ਕੁ ਕ੍ਰਾਪਸ਼ਨ ਹੋ ਰਹੀ ਹੈ ਬਹੁਤ ਕ੍ਰਾਪਸ਼ਨ ਹੋ ਰਹੀ ਹੈ ਜੀ ਹੁਣ ਤੁਹਾਨੂੰ ਕੀ ਦੱਸੀ ਜਾਵਾਂ ਮੈਂ ਹਾਂ ਜੀ ਬੇੜਾ ਕਰਕ ਹੋ ਗਿਆ ਜੀ ਆਪਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਕਹਿੰਦੇ ਨੇ ਕਿ ਅਕਾਲੀਆਂ ਵਕਤ ਬਹੁਤ ਮਾੜਾ ਸਮਾਂ ਸੀ ਦਫ਼ਤਰਾਂ ਚ ਕ੍ਰਾਪਸ਼ਨ ਹੁੰਦੀ ਸੀ ਰਿਸ਼ਵਤ ਲੈਂਦੇ ਤੇ ਵੀ ਹੁਣ ਰਿਸ਼ਵਤ ਖਤਮ ਹੋ ਗਈ ਅਸੀਂ ਪੂਰੇ ਪਾਰਦਰਸ਼ੀ ਕੰਮ ਕਰ ਰਹੇ ਹਾਂ ਹੋ ਰਹੇ ਨੇ ਅਕਾਲੀਆਂ ਵਾਸਤੇ ਕੰਮ ਹੋਏ ਨੇ ਜੀ ਜਿਹੜੇ ਹੋਏ ਨੇ ਮਜੂਦ ਤਾਂ ਵਧੀਆ ਹੋਏ ਨੇ ਇਹ ਤਾਂ ਬਾਸ ਇਹ ਤਾਂ ਬੇੜਾ ਕਰਕ ਕਰਤਾ ਤਾਂ ਨਿਕਲਦਾ ਹੀ ਨਹੀਂ ਉੱਥੋਂ ਆਪਦੇ ਫਾਰਮ ਹਾਊਸ ਚੋਂ ਪਰ ਦਵਿੰਦਰ ਜੀ ਪੰਜਾਬ ਦੇ ਮੁੱਖ ਮੰਤਰੀ ਕਹਿੰਦੇ ਨੇ ਕਿ ਅਸੀਂ ਬਹੁਤ ਬਰੀਕੀ ਨਾਲ ਦੇਖ ਰਹੇ ਆ ਪੰਜਾਬ ਦੇ ਹੋਰ ਵੀ ਕੰਮ ਕਰਨੇ ਨੇ ਆਉਣ ਵਾਲੇ ਸਮੇਂ 'ਚ ਦੁਬਾਰਾ ਅਸੀਂ ਚੋਣ ਲੜਾਂਗੇ ਵੀ ਪੰਜਾਬ ਨੂੰ ਹੋਰ ਲੋੜ ਆ ਵੀ ਸਾਡੀ ਲੋੜ ਆ ਅਸੀਂ ਵੱਡੇ ਲੈਵਲ ਤੇ ਕੰਮ ਕਰ ਰਹੇ ਨੇ ਮੇਰਾ ਕੱਲੋ ਆਮ ਆਲੀ ਕੁੜੀ ਆਈ ਆ ਉਹਨੇ ਆ ਕੇ ਕਾਰਵਾਈ ਕਰੀ ਆ ਕੋਈ ਪਤਾ ਨਹੀਂ ਜੀ ਕਿਸੇ ਨੂੰ ਵੀ ਏ ਟੈ ਗਿਆ ਕੋਈ ਪਤਾ ਨਹੀਂ ਦੀ ਕਿਸੇ ਨੂੰ ਸੰਤਾ ਐ ਦੀ ਬਣਿਆ ਪਿਆ ਜੀ ਠੀਕ ਹੈ ਜੇ ਇਹਦਾ ਉਦ ਘਾਟਨ ਹੋ ਜਾਂਦਾ ਉਸ ਤੋਂ ਬਾਅਦ ਹੁੰਦਾ ਇਹ ਨਹੀਂ ਪਤਾ ਇਹ ਨਹੀਂ ਹੁੰਦਾ ਨਹੀਂ ਹੁੰਦਾ ਜੀ ਬਿਲਕੁਲ ਇਹਦਾ ਰਹਿ ਗਿਆ ਦੀ ਜੀ ਕੰਮ ਮਸਲਾ ਅਸੀਂ ਇੱਥੇ ਆ ਕੇ ਦੇਖਣਾ ਨਹੀਂ ਦੀ ਉਹ 17 ਲੱਖ ਪਾ ਕੇ ਜੇਬ 'ਚ ਆਉਦਾ ਹਾਂਜੀ ਜਿਹੜਾ ਸਿਸਟਮ ਦਾ ਬੁਰਾ ਹਾਲਾ ਪੂਰਾ ਸਿਸਟਮ ਦਾ ਬੁਰਾ ਹਾਲ ਹੈ ਜਿਵੇਂ ਬੇੜਾ ਕਰਕ ਹੋ ਗਿਆ ਹਾਂਜੀ ਪੰਜਾਬ ਸਰਕਾਰ ਕੰਮ ਕਰਾ ਰਹੀ ਆ ਵੱਡੇ ਲੈਵਲ ਤੇ ਕੰਮ ਕਰਾ ਰਹੀ ਆ ਜਿੱਥੇ ਛੱਪੜ ਬਣਾਇਆ ਛੱਪੜ ਬਣਾਇਆ ਕਿ ਸਾਫ ਸਵਾਈ ਹੋ ਜੋ ਵੀ ਗੰਦਗੀ ਆ ਪਿੰਡਾਂ ਦੀ ਉਹ ਖਤਮ ਕਰ ਸੋ ਤੁਹਾਨੂੰ ਪੂਰੀਆਂ ਛੱਪੜ ਦੀਆਂ ਤਸਵੀਰਾਂ ਵੀ ਦਿਖਾਉਨੇ ਆ ਤਸਵੀਰਾਂ ਤੁਹਾਨੂੰ ਦਿਖਾ ਰਹੇ ਆ ਪਿੰਡ ਹਰਕ੍ਰਿਸ਼ਨਪੁਰੇ ਦੀਆਂ ਜਿੱਥੇ ਛੱਪੜ ਬਣਿਆ ਹੋਇਆ ਤਸਵੀਰਾਂ ਸਿੱਧੀਆਂ ਤੁਸੀਂ ਦੇਖ ਸਕਦੇ ਹੋ ਕਿ ਪੂਰਾ ਪਿਛਲੇ ਦਿਨੀ ਪਿੰਡ ਵਾਸੀਆਂ ਦਾ ਕਹਿਣਾ ਕਿ 10 ਦਿਨ ਪਹਿਲਾਂ ਛੱਪੜ ਬਣਾਇਆ ਇਹ ਪੂਰਾ ਜਿਵੇਂ ਵੀ ਬਣਾਇਆ ਤਸਵੀਰਾਂ ਇੱਧਰ ਤੁਹਾਨੂੰ ਸਿੱਧੀਆਂ ਦਿਖਾਉਂਦੇ ਆ ਕਿ ਬਹੁਤੀ ਘੱਟ ਸਮੇਂ 'ਚ ਬਣਿਆ ਇਹ ਦੱਸ ਰਹੇ ਨੇ ਕਿ 2 ਦਿਨਾਂ ਦੇ ਵਿੱਚ ਇਸ ਨੂੰ ਬਣਾਦਾ ਕਿੰਨਾ ਵੱਡਾ ਵੱਡਾ ਏਰੀਆ ਵੱਡਾ ਛੱਪੜਾ ਸਰਕਾਰੀ ਕੰਮ ਨੇ ਸਰਕਾਰੀ ਕੰਮਾਂ ਦੀਆਂ ਅੱਗੇ ਵੀ ਗੱਲਾਂ ਬਾਤਾਂ ਸਾਹਮਣੇ ਆਉਂਦੀਆਂ ਨੇ ਕਿ ਸਰਕਾਰੀ ਠੇਕੇਦਾਰ ਖਾ ਜਾਂਦੇ ਨੇ ਜੀ ਪੈਸੇ 75% ਖਾਂਦੇ ਨੇ 25% ਲਾਉਂਦੇ ਨੇ ਤੁਹਾਨੂੰ ਤਸਵੀਰਾਂ ਦਿਖਾਉਂਦੇ ਆ ਕਿ ਪੰਜਾਬ ਦੇ ਜੋ ਵੀ ਨਵੀਨੀਕਰਨ ਛੱਪੜ ਨੇ ਉਹ ਕੀ ਨੇ ਸਭ ਤੋਂ ਪਹਿਲਾਂ ਜੋ ਵੀ ਪਿੰਡ ਦਾ ਪਾਣੀ ਆ ਗਲੀਆਂ ਨਾਲੀਆਂ ਦਾ ਪਾਣੀ ਆ ਉਹ ਇਹਦੇ ਵਿੱਚ ਆਊਗਾ ਇਸ ਵਿੱਚ ਆ ਕੇ ਜੋ ਵੀ ਉਹਦੇ ਵਿੱਚ ਲਿਫਾਫੇ ਨੇ ਜਾਂ ਹੋਰ ਸਿਸਟਮਾ ਉਹ ਸਾਰਾ ਇਹਦੇ ਵਿੱਚ ਰਹਿ ਜਾਊਗਾ ਗੰਦਗੀ ਇਹਦੇ ਵਿੱਚ ਰਹਿ ਜੂ ਉਸ ਤੋਂ ਬਾਅਦ ਨਵੀਨੀਕਰਨ ਐਵੇਂ ਬਣਾਇਆ ਕਿ ਦੂਜੀ ਵਾਰ ਪਾਣੀ ਇਹਦੇ ਵਿੱਚ ਜਾਊਗਾ ਇਹਦੇ ਵਿੱਚ ਪਾਣੀ ਆਊਗਾ ਪਰ ਨਹੀਂ ਆਇਆ ਜਦੋਂ ਪਾਣੀ ਪਹੁੰਚਿਆ ਤਾਂ نیچے ਤੋਂ ਜੋ ਵੀ ਮਟੀਰੀਅਲ ਸੀ ਬਹੁ ਮਾੜਾ ਲਾਇਆ ਹੋਇਆ ਸੀ ਵਿੱਚ ਦੀ ਪਾਣੀ ਲੰਘ ਗਿਆ ਸਾਰੀਆਂ ਜੋ ਵੀ ਲੋਕ ਇਟਾਂ ਲੱਗੀਆਂ ਹੋਈਆਂ ਸੀ ਉਹ ਸਾਰੀਆਂ ਦਬ ਗਈਆਂ ਉਸ ਤੋਂ ਬਾਅਦ ਸਿਸਟਮ ਸਰਕਾਰ ਦੇ ਇਹ ਨੇ ਕਿ ਇਹ ਦੇ ਵਿੱਚ ਪਾਣੀ ਆ ਕੇ ਸਫਾਈ ਹੋ ਜੂ ਉਸ ਤੋਂ ਬਾਅਦ ਇੱਕ ਤੀਜੇ ਉਹ ਚ ਜਾਣਾ ਤੀਜਾ ਜੋ ਬਣਾਇਆ ਉਹਦੇ ਵਿੱਚ ਪਾਣੀ ਜਾਣਾ ਇਹਦੇ ਵਿੱਚ ਪੂਰੀ ਸਫਾਈ ਹੋਣ ਤੋਂ ਬਾਅਦ ਤਾਂ ਪਾਣੀ ਚੌਥੇ ਚ ਜਾਣਾ ਚੌਥਾ ਜੋ ਵੀ ਇਹਨਾਂ ਨੇ ਸਿਸਟਮ ਬਣਾਇਆ ਇੱਕ ਕਿ ਪੂਰੀ ਸਫਾਈ ਹੋਊਗੀ ਉਸ ਤੋਂ ਬਾਅਦ ਪਾਣੀ ਵੱਡੇ ਇਧਰ ਇੱਕ ਛੱਪੜ ਬਣਾਇਆ ਹੋਇਆ ਜਿਹਦੇ ਵਿੱਚ ਸਰਕਾਰ ਦਾ ਕਹਿਣਾ ਕਿ ਪੂਰਾ ਸਾਫ ਸਫਾਈ ਦਾ ਪਾਣੀ ਇਹ ਛੱਪੜ ਚ ਜਾਊਗਾ ਕਿ ਬਹੁਤ ਸ਼ੁੱਧ ਪਾਣੀ ਹੋ ਜੂਗਾ ਜੋ ਵੀ ਆ ਜੋ ਕੱਲ ਨੂੰ ਜੇ ਬਰਤਨਾ ਕਿਉਂਕਿ ਪਹਿਲਾਂ ਕੋਈ ਡੰਗਰ ਹੁੰਦੇ ਸੀ ਮੱਝਾਂ ਹੁੰਦੇ ਸੀ ਉਹ ਨਮਾਉਂਦੇ ਸੀ ਕਿ ਵਧੀਆ ਪਾਣੀ ਨਾਲ ਮਤਲਬ ਯੂਜ਼ ਕਰ ਸਕਦੇ ਨੇ ਪਰ ਸਰਕਾਰ ਕਹਿੰਦੀ ਆ ਕਿ ਉਮੀਦਾਂ ਹੋ ਜੂ ਪਰ ਪਿੰਡ ਵਾਸੀਆਂ ਦਾ ਕਹਿਣਾ ਕਿ ਜੋ ਵੀ ਆ ਸਿਸਟਮ ਖਰਾਬ ਆ ਠੇਕੇਦਾਰ ਪੈਸੇ ਖਾ ਰਹੇ ਨੇ ਵੱਡੀ ਤਦਾਦ ਚਖਾ ਰਹੇ ਨੇ ਉੱਪਰੋਂ ਜਿੰਨੇ ਵੀ ਪੈਸੇ ਉਹਨਾਂ ਨੇ 75% ਖਾਂਦੇ ਨੇ 25% ਲੱਗਦਾ ਸੋ ਤਸਵੀਰਾਂ ਤੁਹਾਨੂੰ ਹਰਕ੍ਰਿਸ਼ਨਪੁਰੇ ਦੀਆਂ ਸਿੱਧੀਆਂ ਦਿਖਾ ਰਿਹਾ ਸਾਡੇ ਨਾਲ ਆਮ ਆਦਮੀ ਪਾਰਟੀ ਦੀ ਸੀਨੀਅਰ ਆਗੂ ਨਰਿੰਦਰ ਕੌਰ ਭਰਾਜ ਮੌਜੂਦ ਨੇ ਜੋ ਪਿਛਲੇ ਦਿਨੀ ਕੱਲ ਵੀ ਆਏ ਸੀ ਇੱਥੇ ਕਰਾਂਗੇ ਗੱਲਬਾਤ ਭਰਾਜ ਜੀ ਕਿਵੇਂ ਲੱਗਿਆ ਸਿਸਟਮ ਸਰਕਾਰ ਵੱਡੇ ਵੱਡੇ ਪ੍ਰੋਜੈਕਟ ਲਿਆ ਰਹੀ ਆ ਕਿ ਅਸੀਂ ਨੁਹਾਰ ਬਦਲਣੇ ਨੇ ਪੰਜਾਬ ਦੀ ਕਿੰਨੀ ਕੁ ਬਦਲ ਗਈ ਪਿੰਡ ਹਰਕ੍ਰਿਸ਼ਨਪੁਰੇ ਦੀ ਦੇਖੋ ਮੈਂ ਕੱਲ ਇੱਥੇ ਆਈ ਸੀ ਉਸ ਟਾਈਮ ਅਸੀਂ ਦੇਖਿਆ ਕਿ ਜਦੋਂ ਪਾਣੀ ਛੱਡਿਆ ਗਿਆ ਤਾਂ ਉਹ ਤੋਂ ਪਹਿਲਾਂ ਹੀ ਜਿਹੜਾ ਲਾਸਟ ਇਹਨਾਂ ਦਾ ਬਣਾਇਆ ਤਾਂ ਅਜੇ ਵੀ ਇਹ ਕਹਿ ਰਹੇ ਨੇ ਕਿ ਜਿਹੜਾ ਇਹ ਵਾਲਾ ਜਿਹੜਾ ਇਹਨਾਂ ਨੇ ਖੂਬ ਬਣਾਇਆ ਇਹ ਕਹਿੰਦੇ ਸਹੀ ਹੈ ਤੇ ਲਾਸਟ ਵਾਲਾ ਇਹਨਾਂ ਨੇ ਪੱਟ ਲਿਆ ਦੇਖੋ ਪਰਸੋਂ ਅਸੀਂ ਕੱਲ ਇੱਥੇ ਆ ਕੇ ਗਏ ਆ ਤਾਂ ਉਹ ਪੱਟ ਲਿਆ ਤੇ ਇਹਨੂੰ ਅਜੇ ਵੀ ਸਹੀ ਕਹਿ ਰਹੇ ਨੇ ਪਰ ਅਸੀਂ ਕਹਿ ਰਹੇ ਹਾਂ ਕਿ ਇਹ ਵੀ ਸਹੀ ਨਹੀਂ ਹੈਗਾ ਕਿਉਂਕਿ ਇਹਦੇ ਰਾਹੀਂ ਜਿਹੜਾ ਪਾਈਪ ਦੇ ਰਾਹੀਂ ਪਾਣੀ ਉਧਰ ਜਾਣਾ ਸੀ ਉਧਰ ਰਾਹੀਂ ਤਾਂ ਪਾਣੀ ਗਿਆ ਹੀ ਨਹੀਂ ਪਾਣੀ ਨੈਣਾ ਦੀ ਨਵੀਂ ਟੈਕਨੋਲੋਜੀ ਹੈ ਜਿਹੜੀ ਥੱਲੋਂ ਦੀ ਪਤਾ ਨਹੀਂ ਕਿਹੜਾ ਕੀ ਸਿਸਟਮ ਹੈ ਇਹਨਾਂ ਨੇ ਕਿਹੜੇ ਦਬੇ ਹੋਏ ਨੇ ਵੀ ਥੱਲੋਂ ਦੀ ਇਹਦੇ ਰਾਹੀਂ ਪਾਣੀ ਉਧਰ ਆਪਣੇ ਆਪ ਪਹੁੰਚ ਗਿਆ ਠੀਕ ਹੈ ਤਾਂ ਕੀ ਲੱਗਦਾ ਮਟੀਰੀਅਲ ਮਾਰਾ ਸੀ ਮਟੀਰੀਅਲ ਮਾਰਾ ਤੁਹਾਡੇ ਸਾਹਮਣੇ ਆ ਸਾਰਾ ਅਸੀਂ ਆ ਹੁਣ ਮੈਂ ਡੀਸੀ ਸਾਹਿਬ ਨੂੰ ਮੰਗ ਪੱਤਰ ਦੇ ਕੇ ਆਇਆ ਤਾਂ ਡੀਸੀ ਸਾਹਿਬ ਦਾ ਆਪ ਕਹਿਣਾ ਉਹ ਕਹਿੰਦੇ ਵੀ ਉੱਪਰੋਂ ਚੀਫ ਸੈਕਟਰੀ ਤੱਕ ਕਹਿੰਦੇ ਇਹਦਾ ਸੰਗਿਆਨ ਲੈ ਰਹੇ ਨੇ ਠੀਕ ਹੈ ਕੱਲੇ ਹੈਗਾ ਕੁਛ ਇਹਦੇ ਵਿੱਚ ਤਾਂ ਸ਼ਰਿਆਮ ਜਿਹੜਾ ਸਾਰਾ ਕੁਝ ਪਤਾ ਲੱਗ ਰਿਹਾ ਅਜੇ ਤਾਂ ਸਿਰਫ ਟੈਸਟ ਕੀਤਾ ਇਹਨਾਂ ਨੇ ਪਾਣੀ ਛੱਡ ਕੇ ਦੇਖਿਆ ਇਹਦਾ ਇਹ ਹਾਲਤ ਹੈ ਜੇ ਬਰਸਾਤੀਆਂ ਹੁਣ ਮੂਰੇ ਬਰਸਾਤਾਂ ਦਾ ਟਾਈਮ ਆ ਮੋਟੀਆਂ ਬਰਸਾਤਾਂ ਹੋ ਗਈਆਂ ਦੋ ਚਾਰ ਦੇ ਵਿੱਚ ਤਾਂ ਆਹ ਕੀ ਆ ਸਾਰਾ ਤੁਹਾਡੇ ਸਾਹਮਣੇ ਦੇਖ ਲਿਓ ਇਹ ਸਾਰਾ ਇਸੇ ਤਰੀਕੇ ਨਾਲ ਵਿੱਚ ਬੈਠੂਗਾ ਸਾਰਾ ਉਹ ਸਾਰਾ ਫਟ ਰਿਹਾ ਵਾਲੇ ਨਾਲ ਤੇੜਾਂ ਆ ਗਈਆਂ ਸਾਰੇ ਦੇ ਹਜੇ ਤਾਂ ਸੁੱਕਾ ਪਿਆ ਉਹ ਜਾਨੀ ਕਿ ਉਦਘਾਟਨ ਤੋਂ ਪਹਿਲੀ ਹੋ ਗਿਆ ਸਿਸਟਮ ਸਰ ਮੈਂ ਤਾਂ ਆਪ ਘੇਰੀਆਂ ਵੀ ਮੰਤਰੀ ਸਾਹਿਬ ਨੇ ਹਜੇ ਉਦਘਾਟਨ ਕਰਨਾ ਸੀ ਇਹਦਾ ਤੇ ਉਸ ਤੋਂ ਪਹਿਲੀ ਇਹਦਾ ਹਾਲ ਹੈ ਤਾਂ ਮਟੀਰੀਅਲ ਥੋੜਾ ਸਾਹਮਣੇ ਆ ਦਿਖ ਰਿਹਾ ਇਹਨਾਂ ਨੇ ਕੀ ਮਟੀਰੀਅਲ ਲਾਇਆ ਹੋਇਆ ਤਾਂ ਗੱਲ ਇਹ ਆ ਵੀ ਇਹਨਾਂ ਨੇ ਹੁਣ ਢੇਡ ਲਿਆ ਵੀ ਚਲੋ ਇਹ ਮੁੱਦਾ ਉੱਠ ਗਿਆ ਤਾਂ ਇਸ ਮੁੱਦੇ ਤੋਂ ਬਾਅਦ ਇਹਨਾਂ ਨੂੰ ਪੱਟ ਲੋ ਦੁਬਾਰਾ ਇਹਨੂੰ ਇਹ ਅੱਧਾ ਢੇਡ ਲਿਆ ਅੱਧੇ ਢੇਡ ਕੇ ਦੁਬਾਰਾ ਤੇ ਰੇੜਾ ਨੇ ਸਿਮਿੰਟ ਲਾ ਦੇਣਗੇ ਦੁਬਾਰਾ ਬਣਾ ਤਾਂ ਕੰਮ ਖਤਮ ਹੋ ਗਿਆ ਠੀਕ ਹੈ ਨਾ ਜਨਨੀ ਕਿ ਤੁਸੀਂ ਤੁਸੀਂ ਜਦੋਂ ਤੁਸੀਂ ਜਦੋਂ ਇੱਥੇ ਪ੍ਰੋਟੈਸਟ ਕਰਿਆ ਸੰਘਰਸ਼ ਕਰਿਆ ਪ੍ਰਦਰਸ਼ਨ ਕਰਿਆ ਉਸ ਤੋਂ ਬਾਅਦ ਜਿਵੇਂ ਦੱਸ ਰਹੇ ਨੇ ਪਿੰਡ ਵਾਸੀ ਕਿ ਅੱਜ ਸਵੇਰੇ ਆਏ ਆਕੇ ਸਾਰਾ ਸਿਸਟਮ ਕਰਤਾ ਟਾਈਲਾਂ ਪੱਟਤੀਆਂ ਜੋ ਵੀ ਲੋਕ ਇੱਟਾਂ ਲੱਗੀਆਂ ਹੋਈਆਂ ਸਾਰੀਆਂ ਪੱਟਦੀਆਂ ਜਨ ਕਿ ਦੁਬਾਰਾ ਸ਼ੁਰੂਆਤ ਕਰਤੀ ਇਹਦੀ ਦੇਖੋ ਪਰਸੋਂ ਜਦੋਂ ਮੈਨੂੰ ਇੱਥੇ ਪਤਾ ਲੱਗਿਆ ਤਾਂ ਅਸੀਂ ਉਸ ਤੋਂ ਬਾਅਦ ਇੱਥੇ ਆਏ ਇੱਥੇ ਆਉਣ ਤੋਂ ਬਾਅਦ ਤੁਹਾਡੇ ਸਾਹਮਣੇ ਹੀ ਆ ਵੀ ਹਜੇ ਅਸੀਂ ਅੱਜ ਡੀਸੀ ਸਾਹਮਣੋਂ ਜਿਹੜਾ ਮੰਗ ਪੱਤਰ ਦੇ ਕੇ ਆ ਤਾਂ ਸਾਰਾ ਪੱਟਤਾ ਆ ਟਾਈਲ ਇਟਾਂ ਜਿਹੜੀਆਂ ਨਵੀਆਂ ਆ ਗਈਆਂ ਨੇ ਆ ਸਾਰਾ ਏਰੀਆ ਇਹਨਾਂ ਨੇ ਪੱਟ ਕੇ ਦੁਬਾਰਾ ਖੜਾ ਕਰ ਲਿਆ ਅਸੀਂ ਉਸ ਦਿਨ ਆਏ ਸੀਗੇ ਪਰਸੋਂ ਮੈਂ ਜਿਹੜਾ ਇੱਥੇ ਸ਼ਾਮ ਨੂੰ ਆਕ ਗਈਆਂ 6 ਵਜੇ ਤੇ ਕੱਲ ਸਵੇਰੇ ਇਥੋਂ ਪੱਤਰਕਾਰ ਆ ਕੇ ਮੁੜ ਕੇ ਗਏ ਨੇ ਇਹ ਤਾਂ ਤੁਸੀਂ ਆਗੇ ਵੀ ਚਲੋ ਪੱਟ ਲਿਆ ਦੁਬਾਰਾ ਆਗੇ ਤਾਂ ਉਹ ਕਹਿੰਦੇ ਵੀ ਇੱਥੇ ਤਾਂ ਸਾਰਾ ਕੁਝ ਸਹੀ ਕਰ ਗਏ ਪਰ ਫਿਰ ਵੀ ਤੁਸੀਂ ਦੇਖੋ ਹੁਣ ਇਹਨਾਂ ਨੇ ਜੇ ਦੇਖਿਆ ਵੀ ਨਹੀਂ ਸਾਡਾ ਕੰਮ ਨਹੀਂ ਚੱਲਣਾ ਹੈਗਾ ਫਿਰ ਇਹਨਾਂ ਨੇ ਦੁਬਾਰਾ ਪੱਟ ਕੇ ਹੁਣ ਇਹਨੂੰ ਨਵੇਂ ਸਿਰੇ ਤੋਂ ਜਿਹੜਾ ਕਰਨ ਲੱਗੇ ਨੇ ਗੱਲ ਇਹ ਨਹੀਂ ਹੈਗੀ ਇਹ ਪਤਾ ਲੱਗ ਗਿਆ ਵੀ ਇਹ ਕੰਮ ਹੋਇਆ ਇਹ ਸਹੀ ਨਹੀਂ ਹੋਇਆ ਇਹਦੇ ਚ ਕੁਆਲਿਟੀ ਜਿਹੜੀ ਇਹਦਾ ਮਟੀਰੀਅਲ ਜਿਹੜਾ ਮਾੜਾ ਲੱਗਿਆ ਗੱਲ ਇਹ ਆ ਵੀ ਇਹਨੂੰ ਲਾਉਣ ਵਾਲੇ ਕੌਣ ਨੇ ਕੌਣ ਆ ਜਿਹੜਾ ਇਹਦੀ ਜਿਹੜਾ ਇਹਦਾ ਐਨਓਸੀ ਕਿਹਨੇ ਦਿੱਤੀ ਇਸ ਕੰਮ ਦੀ ਜਿਹੜਾ ਕਰਨ ਤੋਂ ਬਾਅਦ ਕਿਹੜੇ ਉਹ ਬੰਦੇ ਨੇ ਜਿਨ੍ਹਾਂ ਤੇ ਰਾਹੀਂ ਇਹ ਪੈਸੇ ਲੱਗੇ ਨੇ ਤਾਂ ਇਹ ਏਸ ਪਿੰਡ ਦਾ ਹੀ ਮੁੱਦਾ ਨਹੀਂ ਹੈਗਾ ਇਹ ਸਾਰੇ ਪਿੰਡਾਂ ਦਾ ਭੌਨੀਗੜ ਦੇ ਬਲਾਕਾਂ ਦਾ ਮੁੱਦਾ ਤੁਸੀਂ ਮੇਰੇ ਨਾਲ ਚੱਲ ਪੋ ਆਮ ਆਦਮੀ ਪਾਰਟੀ ਨੇ ਅਜ ਬਿਜਲੀ ਅੰਦੋਲਨ ਚ ਲਾਇਆ ਮੈਂ ਕਹਿੰਦੀ ਸਾਨੂੰ ਨਾਲ ਨਾਲ ਛੱਪੜ ਅੰਦੋਲਨ ਚਲਾਉਣਾ ਪਊਗਾ ਤੁਸੀਂ ਮੇਰੇ ਨਾਲ ਸਾਰੇ ਪਿੰਡਾਂ ਦੇ ਵਿੱਚ ਚੱਲ ਕੇ ਦੇਖ ਲਓ ਸਾਰੇ ਫਲॉप ਹੋਏ ਪੈ ਨੇ ਬੰਦ ਹੋਏ ਪੈ ਨੇ ਭਰੇ ਪੈ ਨੇ ਉਹਨਾਂ ਦਾ ਕੋਈ ਕੋਈ ਹਾਲ ਨਹੀਂ ਐਡਾ ਡਾ ਕਵਾੜ ਬੰਦੇ ਤਾਂ ਉੱਪਰ ਦੀ ਢੜਕਵਾੜ ਉਹਨਾਂ ਦੇ ਵਿੱਚ ਖੜੇ ਵੈਸੇ ਨਰਿੰਦਰ ਜੀ ਹਰ ਪਿੰਡ 'ਚ ਐਵੇਂ ਦੇ ਛੱਪੜ ਬਣੇ ਨੇ ਤਿਆਰ ਕਰੇ ਕਿ ਨਵੀਨੀਕਰਨ ਹੋਊਗਾ ਸਾਫ਼ ਸਫਾਈ ਹੋਊ ਪਾਣੀ ਦੀ ਤੁਹਾਨੂੰ ਕੀ ਲੱਗਦਾ ਜਿਵੇਂ ਦਾ ਇੱਥੇ ਮਟੀਰੀਅਲ ਸਾਰੇ ਪਿੰਡਾਂ ਚੋਂ ਮੇਂਦੇ ਆ ਬਿਲਕੁਲ ਸਾਰੇ ਪਿੰਡਾਂ ਚ ਇਹੀ ਆ ਨੂਰਪੁਰਾ ਮੇਰੇ ਨਾਲ ਲੱਗਦਾ ਪਿੰਡ ਆ ਉਹ ਜਦੋਂ ਪਾਣੀ ਛੱਡਿਆ ਸੀ ਉਹ ਵੀ ਉਹਦਾ ਸਾਰਾ ਘੜਾ ਸੀ ਜਿਹੜਾ ਫਟ ਜਿਹੜਾ ਤਰੇੜਾਂ ਖਾ ਕੇ ਥੱਲੇ ਨੂੰ ਬੈਠ ਗਿਆ ਸੀ ਤਾਂ ਇਹ ਸਿਸਟਮ ਇਹ ਵੀ ਗੱਲ ਇਹ ਵੀ ਇਹ ਸਿਸਟਮ ਮਾੜਾ ਲੱਗ ਰਿਹਾ ਅੱਜ ਅਸੀਂ ਇਹਨਾਂ ਚੀਜ਼ਾਂ ਦੇ ਵਿੱਚ ਦੇਖ ਲੈ ਸਾਰੇ ਕਿਤੇ ਹੀ ਕੁਝ ਚੱਲ ਰਿਹਾ ਸਾਰੇ ਕਿਤੇ ਹੀ ਇਹੀ ਕੁਝ ਚੱਲ ਰਿਹਾ ਕ੍ਰਾਪਸ਼ਨ ਆ ਜਿਹੜੀ ਭ੍ਰਿਸ਼ਟਾਚਾਰ ਆ ਜਿਹੜੀ ਇਸ ਕਦਰ ਜਿਹੜੀ ਜਿਹੜੀ ਇਹਨਾਂ ਦੇ ਉੱਪਰ ਹਾਵੀ ਹੋ ਚੁੱਕੀ ਆ ਵੀ ਇਹਨਾਂ ਦੀਆਂ ਤਿੰਨ ਤਿੰਨ ਪੀੜ੍hiyan ਰਾਜਨੀਤੀ ਦੇ ਵਿੱਚ ਤਿੰਨ ਤਿੰਨ ਚਾਰ ਚਾਰ ਪੀੜ੍hiyan ਇਹਨਾਂ ਦੀ ਰਾਜਨੀਤੀ ਦੇ ਵਿੱਚ ਸਟੈਬਲਿਸ਼ ਹੋ ਚੁੱਕੀਆਂ ਨੇ ਪਰ ਇਹਨਾਂ ਦੀ ਜਿਹੜੀ ਪੈਸੇ ਦੀ ਭੁੱਖਾ ਜਿਹੜੀ ਉਹ ਕ੍ਰਾਪਸ਼ਨ ਦੇ ਰਾਹੀ ਇਹ ਨਹੀਂ ਬੰਦ ਹੋ ਰਹੀ ਅੱਜ ਲੋਕ ਤਰਸ ਰਹੇ ਨੇ ਅੱਜ ਪੰਜਾਬ ਦਾ ਯੂਥ ਬਾਹਰ ਨੂੰ ਜਾ ਰਿਹਾ ਇੱਥੇ ਰੋਜ਼ਗਾਰ ਨਹੀਂ ਮਿਲ ਰਿਹਾ ਤੁਸੀਂ ਅੱਜ ਦੇਖਿਆ ਹੁਣਾ ਪਟਵਾਰੀ ਦੇ ਲਈ ਜਿਹੜੀਆਂ ਪੋਸਟਾਂ ਨੇ ਉਹ ਤਕਰੀਬਨ 11-1200 ਜਿਹੜਾ ਰੱਖਣਾ ਪਰ ਲੱਖਾਂ ਦੇ ਵਿੱਚ ਉਹਨਾਂ ਨੂੰ ਅਪਲਾਈ ਕਰ ਰਹੇ ਨੇ ਤਾਂ ਲੋਕ ਕੀ ਚਾਹੁੰਦੇ ਨੇ ਲੋਕਾਂ ਦੇ ਘਰਾਂ ਦੇ ਵਿੱਚ ਚੁੱਲਿਆਂ ਦੀ ਅੱਗਵਾਲ ਨਹੀਂ ਜਿਹੜੀ ਬੰਦ ਹੋ ਚੁੱਕੀ ਆ ਪਰ ਇਹਨਾਂ ਦੀ ਜਿਹੜੀ ਪੈਸੇ ਦੀ ਭੁੱਖ ਉਹ ਨਹੀਂ ਬੰਦ ਹੋ ਰਹੀ ਪਰ ਨਰਿੰਦਰ ਜੀ ਨਰਿੰਦਰ ਜੀ ਗੱਲ ਇਹ ਆਪ ਜਦੋਂ ਕੋਈ ਆਮ ਬੰਦਾ ਘਰ ਬਣਾਉਂਦਾ 5 ਲੱਖ ਦਾ ਬਣਾਊਗਾ ਥੋੜਾ ਜਿਹਾ ਉਸ ਤੋਂ ਸੁਪੀਰੀਅਰ ਬਣਾਊਗਾ 10 ਲੱਖ ਦਾ 15 ਲੱਖ ਦਾ 20 ਲੱਖ ਦਾ ਜੋ ਵੀ ਬਣਾਉਂਦੇ ਨੇ ਪਰ ਉਹਦੀ ਜੋ ਵੀ ਆਪਾਂ ਦੇਖਦੇ ਆਂ ਵੀ 30-40 ਸਾਲ ਕੁਝ ਨਹੀਂ ਹੁੰਦਾ ਸਰਕਾਰੀ ਕੰਮ ਦੀ ਕਿੰਨੀ ਕੁ ਵੈਲਿਡਿਟੀ ਆ ਕਿੰਨਾ ਕੁ ਸਮਾਂ ਰਹੂਗਾ ਕਿਵੇਂ ਦਾ ਮਟੀਰੀਅਲ ਲੱਗ ਰਿਹਾ ਕਿਵੇਂ ਦੇਖਦੇ ਹੋ ਤੁਸੀਂ ਮੈਂ ਤਾਂ ਕਹਿੰਨੀ ਆ ਵੀ ਇਹ ਲੋਕਾਂ ਦੀ ਜਾਨਾਂ ਦੇ ਨਾਲ ਖਲਵਾੜ ਕਰ ਰਹੇ ਨੇ ਅੱਜ ਇੱਥੇ ਬੈਠ ਗਏ ਇੱਥੇ ਕੋਈ ਚਾਰ ਬੱਚੇ ਕੋਈ ਖੇਡਦੇ ਹੁੰਦੇ ਕੁਝ ਕਰਦੇ ਹੁੰਦੇ ਤਾਂ ਪਾਣੀ ਬਰਸਾਤ ਦਾ ਪਾਣੀ ਉਹਨਾਂ ਨੂੰ ਕਿਸੇ ਦਾ ਕੋਈ ਨੁਕਸਾਨ ਹੋ ਸਕਦਾ ਕੱਲ ਨੂੰ ਆ ਨਾਲ ਫਸਲਾਂ ਨੇ ਇਹਨਾਂ ਦਾ ਵੀ ਨੁਕਸਾਨ ਹੋਊਗਾ ਤਾਂ ਹੋਰ ਕੰਮ ਨੇ ਜਿਹੜੇ ਚਾਹੇ ਫਲਾਈਓਵਰ ਬਣ ਰਹੇ ਨੇ ਕਿੰਨਾ ਕੁਝ ਹੋ ਗਿਆ ਹੁਣ ਮੈਂ ਪੀਜੀਆਈ ਕਾਪ ਦਾ ਬਣ ਰਿਹਾ ਉਹਦੀ ਬਿਲਡਿੰਗ ਅਜੇ ਕੰਪਲੀਟ ਨਹੀਂ ਹੋਈ ਬਿਲਡਿੰਗ ਕੰਪਲੀਟ ਨਹੀਂ ਹੋਈ ਉਹਦੀ 3 ਦਿਨ ਦੇ ਵਿੱਚ ਫਾਇਰ ਜਿਹੜਾ ਫਾਇਰ ਅਫੀਸਰ ਆ ਉਹਦੀ ਐਨਓਸੀ ਦੇ ਕੇ ਤੀਸਰੇ ਦਿਨ ਉਹ ਆਪਣੀ ਰਿਟਾਇਰਮੈਂਟ ਲੈ ਜਾਂਦਾ ਮੈਂ ਡੀਸੀ ਸਾਹਿਬ ਨੂੰ ਮੰਗ ਪੱਤਰ ਦਿੱਤਾ ਉਸ ਤੋਂ ਬਾਅਦ ਉਹਦੀ ਐਨਓਸੀ ਜਿਹੜੀ ਕੈਨਸਲ ਕਰਤੀ ਤਾ ਇੱਕ ਇਹੋ ਜਿਹੇ ਕੰਮ ਜਿਹੜੇ ਕਰਦੇ ਨੇ ਉਹਨਾਂ ਨੂੰ ਲਟਕਾਉਂਦੇ ਕਿਉਂ ਨਹੀਂ ਮੈਂ ਕਹਿੰਨੀ ਆ ਵੀ ਜਿਵੇਂ ਸਾਡੇ ਪੰਜਾਬ ਦੇ ਵਿੱਚ ਆਮ ਕਹਾਵਤਾ ਵੀ ਇੱਕ ਕਾਉ ਨੂੰ ਮਾਰ ਕੇ ਲਟਕਾ ਦੋ ਤਾਂ ਬਾਕੀਆਂ ਦੇ ਵਿੱਚ ਦਹਿਸਤ ਹੋ ਜਾਂਦੀ ਉਹ ਕੋਈ ਨੇੜੇ ਦੇੜੇ ਨਹੀਂ ਆਉਂਦਾ ਤਾਂ ਜਦੋਂ ਇਹ ਸਾਨੂੰ ਪਤਾ ਵੀ ਇਹ ਸਾਰਾ ਕੁਝ ਸਾਲ ਮਿਲ ਕੇ ਕਰ ਰਹੇ ਨੇ ਤਾਂ ਇੱਕ ਨਦੀ ਦੇ ਉੱਪਰ ਕਾਰਵਾਈ ਕਰਕੇ ਮੈਂ ਡੀਸੀ ਸਾਹਿਬ ਨੂੰ ਕਿਹਾ ਇਹ ਚੀਜ਼ ਮੈਂ ਕਿਹਾ ਇੱਕ ਨਦੀ ਤੇ ਕਾਰਵਾਈ ਕਰੋ ਤਾਂ ਬਾਕੀ ਉਹਨਾਂ ਆਪੇ ਕਰਨ ਹੋ ਜਾਣਗੇ ਨਾਲ ਥੋੜਾ ਕਮ ਸੌਖਾ ਨਾਲ ਪਬਲਿਕ ਦਾ ਨਾਲ ਸਾਡਾ ਕਮ ਸੌਖਾ ਠੀਕ ਹੈ ਨਾ ਅੱਜ ਇਹ ਚੀਜ਼ਾਂ ਨੇ ਅਸੀਂ ਹੁਣ ਆਪਣਾ ਘਰ ਬਣਾਉਣਾ ਤੁਸੀਂ ਜਿੱਦਾਂ ਗੱਲ ਕੀਤੀ ਆ ਆਪਣਾ ਘਰ ਬਣਾ ਰਿਆ ਸੀ ਕਿੰਨਾ ਸੋ ਸਮਝ ਕੇ ਮਟੀਰੀਅਲ ਲਾਉਨੇ ਆ ਤਾਂ ਇਹਨਾਂ ਨੂੰ ਇਸ ਚੀਜ਼ ਤੋਂ ਕਿ ਪਰਵਾਹ ਨਹੀਂ 17 ਲੱਖ 48000 ਰੁਪਏ ਇਸ ਕੰਮ ਦੇ ਉੱਪਰ ਲੱਗਿਆ ਹੋਇਆ ਦੱਸੋ ਮੈਨੂੰ ਤੁਸੀਂ ਲਵੀ ਇਹ ਕੰਮ ਸਾਨੂੰ ਦੇਣ ਅਸੀਂ ਇਹਨਾਂ ਨੂੰ 7 ਲੱਖ ਜੀ ਬਣਾ ਕੇ ਦੇ ਦਾਂਗੇ ਕਿੰਨਾ ਕਿੰਨਾ ਕ ਲੱਗਦਾ ਜਿਵੇਂ ਹੁਣ ਜੋ ਵੀ ਮਟੀਰੀਅਲ ਲੱਗਿਆ ਕਿੰਨਾ ਕ ਲੱਗਿਆ ਪੈਸਾ ਤੁਹਾਨੂੰ ਕੀ ਲੱਗਦਾ ਮੈਂ ਤੁਹਾਨੂੰ ਦੱਸ ਰਹੀ ਆ ਵੀ ਇਹ ਤਾਂ 7 ਲੱਖ ਰੁਪਏ ਦਾ ਵਾਧੂ ਇਹਦੇ ਲਈ ਸਫੀਸ਼ੀਐਂਟ ਤਾਂ ਇਹਨਾਂ ਮਤਲਬ 17 ਲੱਖ 48 ਹਜ਼ਾਰ ਰੁਪਏ ਦੇ ਵਿੱਚ ਕੀ ਇਹੋ ਜਿਹਾ ਕਰ ਰਹੇ ਨੇ ਤਾਂ ਇਹ ਜਿਹੜੀ ਪਬਲਿਕ ਦਾ ਜਿਹੜਾ ਪੈਸਾ ਉਹਦੀ ਜਿਹੜੀ ਦੁਰਵਰਤੋਂ ਕਰ ਰਹੇ ਨੇ ਪਬਲਿਕ ਦੇ ਨਾਲ ਜਿਹੜਾ ਧੋਖਾ ਹੋ ਰਿਹਾ ਬਹੁਤ ਵੱਡਾ ਉਹਨਾਂ ਨੂੰ ਜਿਹੜਾ ਇੱਕ ਸਾਡੇ ਮੰਤਰੀ ਸਾਹਿਬ ਨੇ ਹਲਕੇ ਦੇ ਵਿੱਚ ਆਪਣੇ ਆਪ ਨੂੰ ਵਿਕਾਸਪੁਰਖ ਅਖਵਾਉਂਦੇ ਨੇ ਤਾਂ ਅਸੀਂ ਕਹਿੰਦੇ ਆ ਵੀ ਆ ਵਿਕਾਸ ਬੋਲਦਾ ਇਹ ਹਰਕਿਸ਼ਨਪੁਰੇ ਦੇ ਵਿੱਚ ਉਹਨਾਂ ਦਾ ਵਿਕਾਸ ਬੋਲਦਾ ਤੇ ਉਹ ਵਿਕਾਸ ਦੀ ਪੱਟੀ ਜਿਹੜੀ ਅੱਜ ਹਰਕਿਸ਼ਨਪੁਰੇ ਦੇ ਲੋਕਾਂ ਨੂੰ ਅੱਜ ਉਹਨਾਂ ਦੀ ਲੈ ਚੁੱਕੀ ਐ ਵੀ ਇਹ ਜਿਹੜਾ ਵਿਕਾਸ ਦਾ ਦਾਵਾ ਕਰ ਰਹੇ ਨੇ ਤਾਂ ਵਿਕਾਸ ਆ ਵਿਕਾਸ ਐ ਤੇ ਇਸੇ ਤਰੀਕੇ ਦੇ ਨਾਲ ਅਸੀਂ ਪੂਰੇ ਸੰਗਰੂਰ ਦੇ ਵਿੱਚ ਜਿੱਥੇ ਕਿਤੇ ਵੀ ਹੈਗਾ ਅਸੀਂ ਉਹ ਵਿਕਾਸ ਦੀ ਪੱਟੀ ਸਾਡਾ ਫਰਜ ਐ ਅਸੀਂ ਵਿਰੋਧੀ ਧਿਰ ਦੇ ਵਿੱਚ ਬੈਠੇ ਹਾਂ ਉਹ ਵਿਕਾਸ ਦੀ ਪੱਟੀ ਅਸੀਂ ਲਾਹਾਂਗੇ ਪਰ ਨਰਿੰਦਰ ਸਿੰਘ ਪੰਜਾਬ ਸਰਕਾਰ ਕਹਿੰਦੀ ਐ ਕਿ ਬਹੁਤ ਸਹੀ ਹੋ ਰਹੇ ਨੇ ਕੰਮ ਸਾਰੇ ਜਿੰਨੇ ਠੇਕੇ ਦਿੱਤੇ ਜਾ ਰਹੇ ਨੇ ਬਹੁਤ ਵਧੀਆ ਤਰੀਕੇ ਨਾਲ ਹੋ ਰਹੇ ਨੇ ਕੰਮ ਠੇਕੇਦਾਰ ਵਧੀਆ ਕੰਮ ਕਰਦੇ ਨੇ ਵੈਸੇ ਜਿਵੇਂ ਉਰੇ ਖੁਲਾਸਾ ਹੋ ਰਿਹਾ ਵੱਡਾ ਵੀ ਠੇਕੇਦਾਰ ਬਹੁਤ ਰੁਪਈਏ ਖਾ ਰਿਹਾ ਐਵੇਂ ਹੀ ਖ ਦੇਖੋ ਮੈਂ ठेकेदारों ਨੂੰ ਨਹੀਂ ਮਾੜਾ ਕਹੂੰਗੀ ਕੱਲੇ ਉਹ ਉਹਨਾਂ ਦਾ ਕੋਈ ਕਸੂਰ ਨਹੀਂ ਹੈਗਾ ਕਿਉਂਕਿ ਉਹਨਾਂ ਨੂੰ ਟੈਂਡਰ ਲੈਣ ਦੇ ਲਈ ਪਹਿਲਾਂ ਚੜਾਵਾ ਚੜਾਉਣਾ ਪੈਂਦਾ ਤਾਂ ਟੈਂਡਰ ਦੇ ਲਈ ਚੜਾਵਾ ਚੜਾਉਂਦੇ ਨੇ ਫਿਰ ਉਸ ਤੋਂ ਬਾਅਦ ਜਿਹੜੇ ਥੱਲੇ ਬੈਠੀ ਐ ਲਾਈਨ ਲੱਗੀ ਹੋਈ ਉਹਨਾਂ ਨੂੰ ਚੜਾਵਾ ਦੇਣਾ ਪੈਂਦਾ ਤਾਂ ਉਹ ਉਹਨਾਂ ਨੇ ਇਹੀ ਕੁਝ ਕਰਨਾ ਠੀਕ ਹੈ ਠੀਕ ਹੈ ਉਹਨਾਂ ਨੇ ਇਹੀ ਕੁਝ ਕਰਨਾ ਜੋ ਅੱਜ ਹਰਕਿਸ਼ਨਪੁਰੇ ਦੇ ਵਿੱਚ ਹੋਇਆ ਗੱਲ ਇਹ ਵੀ ਪਿੰਡਾਂ ਦੇ ਵਿੱਚ ਪੰਚਾਇਤਾਂ ਨੇ ਇਲੈਕਸ਼ਨਾਂ ਕਾਹਦੇ ਲਈ ਹੁੰਦੀਆਂ ਨੇ ਪਿੰਡਾਂ ਦੇ ਪੰਚਾਇਤਾਂ ਦੇ ਨੁਮਾਇੰਦੇ ਨੇ ਲੋਕ ਚੁਣਦੇ ਨੇ ਵੋਟਾਂ ਪੈਂਦੀਆਂ ਨੇ ਲੜਾਈਆਂ ਹੁੰਦੀਆਂ ਨੇ ਖੂਨ ਖਰਾਬੇ ਹੁੰਦੇ ਨੇ ਥਾਣੇ ਦੇ ਵਿੱਚ ਜਾਂਦੇ ਨੇ ਤਾਂ ਉਹ ਸਿਰਫ ਅੰਗੂਠਾ ਜਾਂ ਦਸਤਖਤ ਲਾਉਣ ਦੇ ਲਈ ਨੇ ਕਿ ਉਹ ਪਿੰਡ ਦਾ ਕੰਮ ਉਹ ਉਹ ਐਗਰੀਮੈਂਟ ਉਹ ਕਰ ਸਕਦੇ ਨੇ ਉਹ ਕਿਸੇ ਠੇਕੇਦਾਰ ਤੋਂ ਕੰਮ ਉਹ ਵੀ ਤਾਂ ਠੇਕੇਦਾਰ ਤੋਂ ਹੀ ਕਰਾਉਣਗੇ ਤਾਂ ਪਿੰਡ ਦੀ ਪੰਚਾਇਤ ਘਟੋ ਘਟ ਉਸ ਬੰਦੇ ਨੂੰ ਇਹ ਤਾਂ ਪਤਾ ਵੀ ਮੈਂ ਪਿੰਡ 'ਚ ਰਹਿਣਾ ਚਲੋ ਜੇ ਇੱਕ ਵਾਰ ਉਹਨੂੰ ਇਹ ਹੋਊਗਾ ਵੀ ਮੈਂ ਗਾਹ ਨੂੰ ਇਲੈਕਸ਼ਨ ਨਹੀਂ ਲੜਨੀ ਤਾਂ 5 ਸਾਲ ਤਾਂ ਉਹਨੇ ਕੱਢਣੇ ਨੇ ਉਸ ਤੋਂ ਬਾਅਦ ਤਾਂ ਲੋਕਾਂ 'ਚ ਹੀ ਰਹਿਣਾ ਤਾਂ ਇਹ ਲੋਕਤੰਤਰ ਦਾ ਜਿਹੜਾ ਕਾਣ ਹੋ ਰਿਹਾ ਜਿਹੜੀ ਪੈਸੇ ਨੂੰ ਖਾਣ ਦਾ ਜਿਹੜਾ ਤਰੀਕਾ ਇਹਨਾਂ ਨੇ ਲੱਭਿਆ ਉਹ ਮੈਨੂੰ ਲੱਗਦਾ ਵੀ ਨਹੀਂ ਕਿਸੇ ਨੇ ਲੱਭਿਆ ਹੋਣਾ ਜਿਹੜਾ ਇਹ ਤਰੀਕਾ ਅੱਜ ਕਾਂਗਰਸ ਦੀ ਸਰਕਾਰ ਜਿਹੜੀ ਇਸ ਤਰੀਕੇ ਨਾਲ ਚੱਲ ਰਹੀ ਆ ਠੀਕ ਹੈ ਕਾਂਗਰਸ ਦੀ ਸਰਕਾਰ ਵੈਸੇ ਕਹਿ ਰਹੀ ਆ ਕਿ ਸ਼੍ਰੋਮਣੀ ਅਕਾਲੀ ਦਲ ਸਮੇਂ ਬਹੁਤ ਕਪੜੇ ਹੋਏ ਨੇ ਜੀ ਕਰਪਸ਼ਨ ਸੀ ਦਫ਼ਤਰਾਂ 'ਚ ਹੁਣ ਕਰਪਸ਼ਨ ਖਤਮ ਹੋ ਗਈ ਸਾਰੇ ਸਿਸਟਮ ਵਧੀਆ ਚੱਲ ਰਹੇ ਨੇ ਵੀ ਉਹ ਦਾਅਵੇ ਖੋਖਲੇ ਨੇ ਦੇਖੋ ਉਹਨਾਂ ਨੂੰ ਆਇਆ ਵੀ ਆਪਣਾ ਜਿਹੜਾ ਉਹਨੂੰ ਧੋਣ ਲੱਗੇ ਹੋਏ ਨੇ ਵੀ ਇਹ ਤਾਂ ਸਾਡੇ ਵਾਰੀ ਤਾਂ ਐ ਨਹੀਂ ਹੁੰਦਾ ਸੀ ਇਹਨਾਂ ਵਾਰੀ ਐ ਹੁੰਦਾ ਤਾਂ ਥੋੜੇ ਵਾਰੀ ਕੀ ਹੁੰਦਾ ਸੀ ਅੱਜ ਪੰਜਾਬ ਜਿੱਥ ਆ ਇਹ ਚੀਜ਼ ਨਹੀਂ ਹੁੰਦੀ ਇੱਕ ਅੱਜ ਇਹਦੇ ਪਿੱਛੇ ਜੇ ਹੁਣ ਅਕਾਲੀ ਦਲ ਦੀ ਸਰਕਾਰ ਵੇਲੇ ਬਥੇਰੇ ਬਹੁਤ ਵੱਡੇ ਜਿਹੜੇ ਘਟਾਲੇ ਹੋਏ ਨੇ ਹੁਣ ਜਿਹੜਾ ਐਸਸੀ ਜਿਹੜੀ ਸਕਾਲਰਸ਼ਿਪ ਦਾ 64 ਕਰੋੜ ਦਾ ਧਰਮ ਸੌਦਾ ਹੋਇਆ 112 ਕਰੋੜ ਦਾ ਅਕਾਲੀ ਦਲ ਵੇਲੇ ਹੋਇਆ ਅਕਾਲੀ ਦਲ ਲੋਭੀ ਤਾਂ ਦੇਖੇ ਵੀ ਸਾਡਾ ਅਸੀਂ ਕਿੰਨਾ ਵੱਧ ਕੀਤਾ ਹੋਇਆ ਤਾਂ ਇਹ ਸਾਰੇ ਇੱਕੋ ਜਿਹੇ ਨੇ ਇਹਨਾਂ ਦੀਆਂ ਤੀਜੀਆਂ ਤੀਜੀਆਂ ਚੌਥੀਆਂ ਚੌਥੀਆਂ ਪੀੜੀਆਂ ਰਾਜਨੀਤੀ ਦੇ ਵਿੱਚ ਆ ਗਈਆਂ ਨੇ ਪਰ ਇਹਨਾਂ ਦੀ ਜਿਹੜੀ ਭੁੱਖ ਨਹੀਂ ਜਿਹੜੀ ਮਿੱਟੀ ਹੈਗੀ ਅੱਜ ਲੋਕ ਨੇ ਜਿਹੜੇ ਰੋਟੀ ਨੂੰ ਤਰਸ ਰਹੇ ਨੇ ਸਰਕਾਰਾਂ ਦੇ ਜਿਹੜੇ ਨੀਤੀ ਆ ਜਿਹੜੀ ਉਹਨਾਂ ਦੀ ਨੀਤੀਆਂ ਨੇ ਚਾਹੇ ਕੇਂਦਰ ਦੀ ਲਾ ਲਓ ਅੱਜ ਜਿਹੜੀ ਉਹਨਾਂ ਨੇ ਕੌਮੀ ਸਿੱਖਿਆ ਨੀਤੀ ਲੈ ਕੇ ਆਏ ਨੇ ਅੱਜ ਚਾਹੇ ਉਹਨਾਂ ਨੇ ਕਿਰਤੀ ਕਾਨੂੰਨ ਬਣਾਏ ਨੇ ਜਿਸ ਵਿੱਚ 12 ਘੰਟੇ ਲੇਬਰ ਕੀਤੀ ਹੈ 178 ਰੁਪਏ ਨੂੰ ਉਹ ਅੱਜ ਜਿਹੜੀ ਉਹਨਾਂ ਨੇ ਜਿਹੜੀ ਦਿਹਾੜੀ ਆ ਉਹਨਾਂ ਨੇ ਉਹ ਕਰਤੀ ਘਟੋ ਘਟ ਤਾਂ ਇਹ ਇਹਨਾਂ ਦੀ ਇਹ ਲੋਕ ਚਾਹੁੰਦੇ ਨੇ ਵੀ ਇਹ ਪੜ੍ਹ ਲਿਖ ਨਾ ਸਕਣ ਲੋਕਾਂ ਦੀ ਜਿਹੜੀ ਸੋਚ ਆ ਜਿਹੜੀ ਉਹ ਗੁਲਾਮੀ ਦੇ ਵੱਲ ਜਿਹੜੀ ਇਹ ਲੈ ਕੇ ਜਾਣਾ ਚਾਹੁੰਦੇ ਨੇ ਸੋ ਇਹੀ ਜਿਹੜਾ ਕਾਰਨ ਆ ਕਿ ਪੰਜਾਬ ਨੂੰ ਖਾਣ ਤੇ ਲੱਗੇ ਹੋਣਾ ਤੇ ਪੰਜਾਬ ਦੇ ਲੋਕਾਂ ਦਾ ਜਿਹੜਾ ਆਰਥਿਕ ਤੌਰ ਤੇ ਇੰਨਾ ਕੁ ਲੱਕ ਤੋੜਿਆ ਹੋਇਆ ਵੀ ਉਹਨਾਂ ਨੂੰ ਆਪਣੇ ਨਿੱਜ ਤੋਂ ਉਪਰ ਉੱਠ ਕੇ ਉਹਨਾਂ ਨੂੰ ਸੋਚਣ ਦੀ ਆ ਬੋਲਣ ਦੀ ਅੱਜ ਜਿਹੜਾ ਉਹਨਾਂ ਦੇ ਕੋਲ ਟਾਈਮ ਹੈ ਨਹੀਂ ਠੀਕ ਹੈ ਤੁਹਾਨੂੰ ਕੀ ਲੱਗਦਾ ਜਿਵੇਂ ਅਰਵਿੰਦ ਕੇਜਰੀਵਾਲ ਨੇ ਦਿੱਲੀ ਦੇ ਮੁੱਖ ਮੰਤਰੀ ਨੇ ਉਹਨਾਂ ਨੇ ਪਹਿਲਾਂ ਵੀ ਜੋ ਵੀ ਪੁਲ ਬਣਾਏ ਘੱਟ ਬਜਟ 'ਚ ਬਣਾਤੇ ਵੀ 100 ਕਰੋੜ ਦਾ ਬਣਦਾ ਸੀ ਉਹ ਘੱਟ ਬਣਾਤੇ ਵੀ ਜਿੰਨੇ ਠੇਕੇਦਾਰਾਂ ਨੇ ਖਾਣੇ ਸੀ ਜਾਂ ਉਹ ਕਰਨੇ ਸੀ ਉਹ ਘਟਾਤੇ ਉਹਨਾਂ ਨੇ ਉਹੀ ਸੇਵਿੰਗ ਕਰ ਲਈ ਦੇਖੋ ਅਰਵਿੰਦ ਕੇਜਰੀਵਾਲ ਨੇ ਕੋਈ 300 ਕਰੋੜ ਦਾ ਫਲਾਈਓਵਰ ਬਣਾਣਾ ਸੀ ਉਹਨੂੰ 150 ਕਰੋੜ 'ਚ ਬਣਾਤਾ ਪੌਣੇ 200 ਕਰੋੜ 'ਚ ਬਣਾਤਾ ਕੋਈ 250 ਕਰੋੜ ਦਾ ਸੀ ਉਹਨੂੰ 150 ਕਰੋੜ 'ਚ ਬਣਾਤਾ ਅਸੀਂ ਨਹੀਂ ਦੇਖਿਆ ਮੈਂ ਕਹਿੰਨੀ ਮੈਂ ਨਹੀਂ ਦੇਖਿਆ ਬਣਾਇਆ ਉਹਨਾਂ ਨੇ ਠੀਕ ਹੈ ਉਹਨਾਂ ਨੇ ਕੀਤਾ ਕੰਮ ਸਰਕਾਰ ਨੇ ਪਰ ਮੈਂ ਆਪਦੇ ਪਿੰਡ ਕੀਤਾ ਮੇਰਾ ਪਿੰਡ ਭਰਾ ਜੀ ਤੁਸੀਂ ਜਾ ਕੇ ਦੇਖ ਲਓ ਸਾਡੇ ਪਿੰਡ ਦੀ ਸਰਕਾਰੀ ਜਿਹੜੀ ਸਕੂਲ ਦੀ ਚਾਰ ਦਿਵਾਰੀ ਹੈ ਉਹਦਾ ਜਦੋਂ ਅਸੀਂ ਸਰਕਾਰੀ ਐਸਟੀਮੇਟ ਲਵਾਇਆ ਤਾਂ 7,76,000 ਰੁਪਏ ਲੱਗਿਆ ਠੀਕ ਹੈ ਠੀਕ ਹੈ ਉਹਦੇ ਚ 14 ਪਿੱਲਰ ਜਿਹੜੇ ਲੱਗਣੇ ਸੀ ਪਰ ਅਸੀਂ ਉਹਦਾ ਜਦੋਂ ਐਸਟੀਮੇਟ ਅਸੀਂ ਆਪ ਲਾ ਕੇ ਬੈਠੇ ਅਸੀਂ ਕਰਿਆ ਤਾਂ ਉਹੀ ਚਾਰ ਦਿਵਾਰੀ ਅਸੀਂ ਨੇ 3.5 ਲੱਖ ਰੁਪਏ ਦੇ ਵਿੱਚ ਸਿਰਫ 14 ਦੀ ਜਗ੍ਹਾ 10 ਪਿੱਲਰ ਕਰਤੇ ਸਿਰਫ ਚਾਰ ਪਿੱਲਰਾਂ ਪਿੱਛੇ ਕੀ ਇਹਨਾਂ ਬਜਟ ਦਾ ਫਰਕ ਪੈ ਜਾਊਗਾ ਓਕੇ ਜਨਕਿ 50% ਬਜਟ ਨੀਚੇ ਆ ਗਿਆ ਸਾਢੇ 3 ਲੱਖ ਚ ਤਿਆਰ ਕਰਾ ਕੇ ਮੋਟਰ ਬਣਵਾ ਕੇ ਪੇਂਟ ਕਰਾ ਕੇ ਮਾਨ ਸਾਹਿਬ ਤੋਂ ਉਦੋਂ ਕਾਟਣ ਕਰਵਾਇਆ ਮੈਂ ਤਾਂ ਇਹ ਇਹੀ ਇਸੇ ਕਰਕੇ ਮੈਂ ਕਹਿ ਰਹੀ ਆਂ ਵੀ ਇਹ 17.5 ਲੱਖ ਦਾ ਕੰਮ ਨਹੀਂ ਹੈਗਾ ਇਹ ਤਾਂ 7 ਲੱਖ ਚ ਬਹੁਤ ਸੋਹਣਾ ਸ਼ਾਨਦਾਰ ਬਣਨਾ ਸੀ ਤਾਂ ਉਹ ਇਹਨਾਂ ਨੇ ਖਾਣ ਦਾ ਜਿਹੜਾ ਤਰੀਕਾ ਲੱਭਿਆ ਹੋਇਆ ਉਹ ਤਰੀਕਾ ਇਹ ਇਹਨਾਂ ਨੂੰ ਉਹ ਬਹੁਤ ਮਹਿੰਗਾ ਪੈਣਾ ਠੀਕ ਹੈ ਜੀ ਸੋ ਪਿੰਡ ਹਰਕ੍ਰਿਸ਼ਨਪੁਰੇ ਦੀਆਂ ਤਸਵੀਰਾਂ ਤੁਹਾਨੂੰ ਸਿੱਧੀਆਂ ਦਿਖਾ ਰਿਹਾ ਜਿੱਥੇ ਨਵਾਂ ਛੱਪੜ ਬਣਿਆ ਤੁਹਾਨੂੰ ਦੱਸ ਦਈਏ ਪੂਰੇ ਪੰਜਾਬ ਚ ਇਹ ਛੱਪੜ ਬਣਾ ਰਹੇ ਨੇ ਠੇਕੇਦਾਰੀ ਸਿਸਟਮ ਤੇ ਬਣ ਰਹੇ ਨੇ ਠੇਕੇ ਤੇ ਦਿੱਤੇ ਹੋਏ ਨੇ ਛੱਪੜ ਤੁਹਾਨੂੰ ਖੂਹ ਦਿਖਾਏ ਨੇ ਪਹਿਲਾਂ ਇੱਕ ਖੂਹ ਦੋਜਾ ਖੂਹ ਤੀਜਾ ਖੂਹ ਜਿੱਚ ਵੱਖੋ ਵੱਖਰਾ ਪਹਿਲਾਂ ਪਾਣੀ ਗੰਦਾ ਉਹ ਚੋਣਾ ਉਹਦੀ ਸਫਾਈ ਹੋਣੀ ਹੈ ਉਸ ਤੋਂ ਬਾਅਦ ਦੂਜੇ ਖੂਹ ਚ ਫਿਰ ਤੀਜੇ ਖੂਹ ਚ ਫਿਰ ਚੌਥੇ ਖੂਹ ਚ ਉਸ ਤੋਂ ਬਾਅਦ ਵੱਡਾ ਛੱਪੜ ਦਾ ਇੱਧਰ ਪੂਰਾ ਏਰੀਆ ਜਿਹੜਾ ਪੱਕਾ ਕੀਤਾ ਗਿਆ ਆਲੇ-ਦਾਲੇ ਪਰ ਪਿੰਡ ਦੇ ਲੋਕਾਂ ਦਾ ਕਹਿਣਾ ਘਟਾਲੇ ਹੋ ਰਹੇ ਨੇ 17.5 ਲੱਖ ਦਾ ਛੱਪੜ ਮਨਜ਼ੂਰ ਹੋਇਆ ਵਿਆ ਕਿ 17.5 ਲੱਖ ਦਾ ਬਣ ਰਿਹਾ ਸਲੋਗਨ ਲਾਏ ਹੋਏ ਨੇ ਲਿਖਿਆ ਗਿਆ ਪੂਰਾ ਕਿ ਇਹ ਕੰਮ 17.5 ਲੱਖ ਦਾ ਪਰ ਪਿੰਡ ਵਾਸੀਆਂ ਦਾ ਕਹਿਣਾ ਕਿ ਇਹ 4 ਲੱਖ ਦਾ ਕੰਮ ਆ ਆਮ ਆਦਮੀ ਪਾਰਟੀ ਆਗੂ ਨਰਿੰਦਰ ਕੋਰ ਭਰਾਸ ਦਾ ਕਹਿਣਾ ਕਿ 7 ਲੱਖ ਦਾ ਕੰਮ ਆ ਜੇ ਲਾਈਏ ਕੋਈ ਕਹਿੰਦਾ ਵੀ ਅਸਲ 25% ਹੀ ਲੱਗਿਆ ਕੋਈ ਕਹਿੰਦਾ 40% ਲੱਗਿਆ ਪਰ ਪੰਜਾਬ ਸਰਕਾਰ ਕਹਿ ਰਹੀ ਆ ਕਿ ਅਸੀਂ ਵਧੀਆ ਕੰਮ ਕਰ ਰਹੇ ਹਾਂ ਵੱਡੇ ਦਾਅਵੇ ਕਰ ਰਹੇ ਨੇ ਸੋ ਪਿੰਡ ਵਾਸੀ ਵੀ ਮੌਜੂਦ ਨੇ ਕਰਾਂਗੇ ਗੱਲਬਾਤ ਸਾਡੇ ਨਾਲ ਦਵਿੰਦਰ ਜੀ ਮੌਜੂਦ ਨੇ ਦਵਿੰਦਰ ਜੀ ਕਿੰਨੇ ਸਮੇਂ ਚ ਕੰਮ ਹੋਇਆ ਇਹ ਇਹ ਪ੍ਰੋਪਰ ਜਿਵੇਂ ਪਤਾ ਕੀ ਇਹ ਲੈ ਕਿੰਨੇ ਹੋਇਆ ਸਾਰਾ ਅੱਛਾ ਜੀ 10 ਦਿਨਾਂ ਦੇ ਵਿੱਚ ਵਿੱਚ ਇਹ ਕੰਪਲੀਟ ਕਰਕੇ ਸਾਡੇ ਕੋਲ ਹਾਂ ਉਦੋਂ ਬਾਅਦ ਪਾਣੀ ਛੱਡਿਆ ਇਹ ਨਾਲ ਦੀ ਨਾਲ ਵਹਿ ਗਿਆ ਅੱਛਾ ਜੀ ਚਾਣੀ ਕਿ ਫਟਾਫਟ ਕੰਮ ਕਰਿਆ ਦਿਨ ਰਾਤ ਕਰਕੇ ਪਤਾ ਹੀ ਨਹੀਂ ਲੱਗਿਆ ਜੇ ਸੀ ਵੀਆ ਦੋ ਲਿਆਂਦੀਆਂ ਪਤਾ ਹੀ ਨਹੀਂ ਲੱਗਿਆ ਕਿਹੜੇ ਵੇਲੇ ਕੀ ਕਰਗੇ ਸਾਡੇ ਇੱਥੇ ਟਰੈਕਟਰ ਲਾ ਲੈ ਦੋ ਪੱਧਰ ਛੱਦਰ ਜਾਂ ਕਰਕੇ ਤਾਂ ਮੈਂਟ ਚ ਕਰਗੇ ਜਿਵੇਂ ਸਮਾਂ ਉਦੋਂ ਲੱਗਿਆ ਤੁਸੀਂ ਦੇਖਿਆ ਵੀ ਕਿੰਨਾ ਵੱਡਾ ਪ੍ਰੋਜੈਕਟ ਦੀ ਥੋੜੇ ਜਿਹੇ ਟਾਈਮ ਚ ਕਰਤਾ ਸੋ ਨੂੰ ਤਾਂ ਪਹਿਲੀ ਹੀ ਲੱਗਦਾ ਹੋਣਾ ਵੀ ਇਹ ਤਾਂ ਖੋਖਲਾ ਹੀ ਸਾਨੂੰ ਤਾਂ ਪਤਾ ਦੀ ਇੱਥੇ ਰੋਜ਼ ਤਾਂ ਅਸ ਗੇੜਦੇ ਆਂ ਸੀ ਸਾਨੂੰ ਪਤਾ ਦੀ ਸਾਰ ਕੀ ਕਰੀਏ ਹੁਣ ਉਦੋਂ ਬਾਅਦ ਕੀ ਕਰੀਏ ਇੱਥੇ ਇੱਥੇ ਆਉਂਦੇ ਤੇ ਕੇ ਉਹ ਜਿਹੜੇ ਲੱਗੇ ਹੋਏ ਤੇ ਸਾਡੇ ਨਾਲ ਗੱਲ ਵੀ ਨਹੀਂ ਕਰਦੇ ਤੇ ਠੀਕ ਹੈ ਹਾਂਜੀ ਅਸੀਂ ਪੁੱਛਿਆ ਵੀ ਕਿਹੜਾ ਤੁਹਾਡਾ ਮੋਤਵਾਰਾ ਕਿਹੜਾ ਤੁਹਾਡਾ ਫਲਾਣਾ ਕਿਹੜਾ ਧਮਕਾ ਕੋਈ ਦੱਸਿਆ ਨਹੀਂ ਜੀ ਸਾਨੂੰ ਠੀਕ ਹੈ ਹਾਂਜੀ ਯਾਨੀ ਤੁਸੀਂ ਦੇਖੀ ਗਏ ਵੀ ਕਰ ਕੀ ਰਹੇ ਸੀ ਕੀ ਕੀ ਜੀ ਵੀ ਕਰੀ ਕੀ ਗਏ ਹਾਂਜੀ ਕੀ ਗੱਲ ਤਾਂ ਸੁਣੋ ਦਵਿੰਦਰ ਜੀ ਤੁਸੀਂ ਵੀ ਆਪਣੇ ਘਰ ਬਣਾਉਣੇ ਆਪਾਂ ਨੂੰ ਪਤਾ ਵੀ ਕਿੰਨਾ ਮਟੀਰੀਅਲ ਪਾਉਣੇ ਆ ਸਰੀਆ ਪਾਉਣੇ ਆ ਉਹ ਚ ਵੀ ਕਿਤੇ ਦਿੱਕਤ ਨਾ ਆ ਜੇ ਪਰ ਉਹਨਾਂ ਨੇ ਕੁਝ ਨਹੀਂ ਦੇਖਿਆ ਬੇਟਾ ਇਹਦੇ ਤੇ ਤਾਂ ਪੱਥਰ ਲੱਗ ਜਾਂਦਾ ਸਾਰਾ ਕੁਝ ਹੋ ਜਾਂਦਾ ਕੰਪਲੀਟ ਐ ਇੰਨੇ ਪੈਸੇ ਜਿਦਾ ਹਾਂ ਹਾਂ ਹੁਣ ਤਾਂ ਇਹ ਕੁਝ ਵੀ ਨਹੀਂ ਇਹਦਾ ਸਾਰੀ ਤੁਸੀਂ ਐ ਲਾ ਲਓ ਸਾਹਿਬ ਵੀ ਸਾਰੀ ਇਹ 3 ਲੱਖ ਦੇ ਮਟੀਰੀਅਲ ਹੈ ਸਾਰੀ ਬਣਿਆ ਹੋਇਆ ਹੈ ਤਿੰਨ ਸਾਢੇ ਤਿੰਨ ਲਾ ਲਓ ਬਸ ਐਡੇ ਕੁਟਾ ਲੇ ਹੋ ਰਹੇ ਨੇ ਐਡੇ ਕੁਟਾ ਲਓ ਅੱਛਾ ਹਾਂਜੀ ਸਰਕਾਰਾਂ ਦਾ ਸਿਸਟਮ ਸਿਸਟਮ ਫੇਲ ਆਈ ਜਮਾਂ ਕਰਟਰ ਸਾਹਿਬ ਨੇ ਨਸਰੇ ਲਾਤੀ ਜੀ ਕਹਾਣੀ ਠੀਕ ਹੈ ਹਾਂਜੀ ਅੱਛਾ ਜਨ ਨੂੰ ਪਤਾ ਹੀ ਹੈ ਕਰਪਸ਼ਨ ਵੱਧ ਗਈ ਹੋਰ ਵੱਧ ਗਿਆ ਕੰਮਾਂ ਚ ਮਹਾ ਜੀ ਪੁੱਛੂਗੀ ਨਾ ਕੋ ਸਰਪੰਚ ਦੇ ਨਹੀਂ ਖਤਿਆਰ ਕੋਈ ਮੈਂਬਰ ਦੇ ਨਹੀਂ ਖਤਿਆਰ ਅਸੀਂ ਫਿਰਦੇ ਸਾਨੂੰ ਨਹੀਂ ਕਿਸੇ ਨੇ ਪੁੱਛਿਆ ਬਸ ਅਹੀਂ ਚੱਲਦਾ ਧੁੰਦ ਲਈ ਹਾਂਜੀ ਸੋ ਪਿੰਡ ਵਾਸੀਆਂ ਦਾ ਕਹਿਣਾ ਕਿ ਸਿਸਟਮ ਦਾ ਨਹੀਂ ਸਾਨੂੰ ਪਤਾ ਲੱਗਦਾ ਪੰਜਾਬ ਦੇ ਮੁੱਖ ਮੰਤਰੀ ਕਹਿ ਰਹੇ ਨੇ ਕਿ ਕੰਮ ਵਧੀਆ ਕਰਵਾ ਰਹੇ ਹਾਂ ਪਰ ਜੋ ਜ਼ਮੀਨੀ ਪੱਧਰ ਤੇ ਰਿਪੋਰਟ ਤੁਹਾਨੂੰ ਦਿਖਾਈਆ ਸਿੱਧੀਆਂ ਤਸਵੀਰਾਂ ਦਿਖਾਈਆਂ ਨੇ ਕਿ ਛੱਪੜ ਦਾ ਕੰਮ ਹੋਇਆ ਉਦਘਾਟਨ ਹਜੇ ਹੋਣਾ ਸੀ ਪਰ ਉਦਘਾਟਨ ਤੋਂ ਪਹਿਲਾਂ ਹੀ ਛੱਪੜ ਦਾ ਬੁਰਾ ਹਾਲ ਹੋ ਗਿਆ ਛੱਪੜ 'ਚ ਜਦੋਂ ਪਾਣੀ ਛੱਡਿਆ ਤਾਂ ਪੂਰਾ ਪਾਣੀ ਦੀ ਲੀਕਿੰਗ ਹੋ ਗਈ ਕਿਉਂਕਿ ਮਟੀਰੀਅਲ ਮਾੜਾ ਸੀ ਉਸ ਤੋਂ ਬਾਅਦ ਜੋ ਵੀ ਠੇਕੇਦਾਰ ਆ ਉਹਨੇ ਫਟਾਫਟ ਵਧੀਆ ਜੀਸੀਬੀ ਲਿਆਂਦੀਆਂ ਸਾਰਾ ਪਟਵਾਤਾ ਦੁਬਾਰਾ ਜਿਹੜੀਆਂ ਲੋਕ ਇੱਟਾਂ ਨੇ ਉਹ ਪੱਟਦੀਆਂ ਦੁਬਾਰਾ ਕੰਮ ਕਰਵਾ ਰਹੇ ਨੇ ਕਿ ਇਹ ਸਹੀ ਆ ਇਹ ਗਲਤ ਆ ਉਹ ਦੁਬਾਰਾ ਕਰਵਾ ਰਹੇ ਨੇ ਜੇ ਕੰਮ ਪਹਿਲਾਂ ਹੀ ਵਧੀਆ ਹੋਇਆ ਹੋਇਆ ਹੁੰਦਾ ਤਾਂ ਅੱਜ ਇਹ ਟਿੱਪਣੀਆਂ ਨਹੀਂ ਹੁੰਦੀਆਂ ਸੀ ਸੋ ਪਿੰਡ ਹਰਕ੍ਰਿਸ਼ਨਪੁਰੇ ਦੇ ਲੋਕਾਂ ਦੇ ਵਾਸੀਆਂ ਦਾ ਕਹਿਣਾ ਕਿ ਵੱਡੇ ਪੱਧਰ ਤੇ ਕ腐ਸ਼ਨ ਹੋ ਰਹੀ ਆ ਠੇਕੇ ਤੇ ਜੋ ਵੀ ਸਿਸਟਮ ਦਿੱਤਾ ਜਾ ਰਿਹਾ ਉਹ ਚੋਂ 75% ਖਾਇਆ ਜਾ ਰਿਹਾ ਜੋ ਪੰਜਾਬ ਸਰਕਾਰ ਨੂੰ ਗੌਰ ਕਰਨ ਦੀ ਜ਼ਰੂਰਤ ਆ ਗੁਰਪ੍ਰੀਤ ਸਿੰਘ ਤੇਜੇ ਨਾਲ ਅਮਨਦੀਪ ਸਿੰਘ ਮਾਝਾ ਪੰਜਾਬੀ ਲੋਕ ਚੈਨਲ